ਅਗੇ ਸਕੂਲ ਲੈ ਜਾਂਦੇ ਮੇਰੀ ਜੋਬ ਹੋ ਨਹੀਂ ਸਕਦੀ ਤੇ ਹੁਣ ਅੱਜ ਤਾਂ ਮੈਨੂੰ ਪਤਾ ਇੱਥੇ ਆਓ ਅੱਜ ਦੇ ਮੁੱਖ ਮਹਿਮਾਨ ਸਰਦਾਰ ਪਾਲ ਸਿੰਘ ਭੋਰੇਵਾਲ, ਪ੍ਰਧਾਨ ਸਰਦਾਰ ਜਸਵੀਰ ਸਿੰਘ ਗਿੱਲ, ਓਵਰਸੀ ਟੀਚਰ ਐਸੋਸੀਏਸ਼ਨ ਅਲਵਰਟਾ, ਸਮੂਹ ਅਧਿਆਪਕ ਸਾਹਿਬਾਨ, ਮੀਡੀਆ ਕਰਮਚਾਰੀ ਅਤੇ ਉਹਨਾਂ ਦੇ ਨਾਲ ਆਏ ਸਾਥੀ ਵੀਰਾਂ ਦਾ ਇਸ ਇੰਟਰਨੈਸ਼ਨਲ ਟੀਚਰ ਡੇ 'ਤੇ ਪਹੁੰਚਣ 'ਤੇ ਧੰਨਵਾਦ ਕੀਤਾ ਜਾਂਦਾ ਕਿ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਅਤੇ ਉਸ ਵਕਤ ਜਦੋਂ ਕੋਈ ਇਕੱਠ ਕਰਨਾ ਹੋਰ ਵੀ ਮੁਸ਼ਕਲ ਆ ਪਹੁੰਚੇ ਹੋ, ਬਹੁਤ ਬਹੁਤ ਧੰਨਵਾਦ। ਆਪਾਂ ਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ 5 ਅਕਤੂਬਰ ਨੂੰ ਵਰਲਡ ਟੀਚਰ ਡੇ ਦੇ ਤੌਰ 'ਤੇ ਮਨਾਇਆ ਜਾਂਦਾ, ਜੋ 1966 ਜਨੈਸਕੋ ਜਿਹਦਾ ਹੈੱਡਕੁਆਰਟਰ ਫਰਾਂਸ ਵਾ, ਜਿਹੜੀ ਐਜੂਕੇਸ਼ਨ 'ਤੇ ਕੰਮ ਕਰਦੀ ਆ ਅਤੇ ਇਹਦਾ ਪੂਰਾ ਮੀਨਿੰਗ ਹੈ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸੈਂਟੀਫਿਕ ਐਂਡ ਕਲਚਰਲ ਔਰਗੇਨਾਈਜੇਸ਼ਨ। ਉਸਨੇ 1966 ਦੇ ਵਿੱਚ ਕੁਝ ਅਧਿਆਪਕਾਂ ਦੇ ਸਟੇਟਸ ਲਈ ਰਿਕਮੈਂਡੇਸ਼ਨ ਪੇਸ਼ ਕੀਤੀਆਂ ਸੀ ਕਿ ਅਧਿਆਪਕ ਦੀਆਂ ਕੀ ਰਾਈਟਸ ਆ, ਰਿਸਪੋਂਸੀਬਿਲਟੀ ਆ, ਉਹਦੀ ਇੰਪਲਾਇਮੈਂਟ ਬਾਰੇ, ਉਹਦੇ ਗਾਹਾਂ ਫਰਦਰ ਐਜੂਕੇਸ਼ਨ ਬਾਰੇ। ਅਤੇ ਉਹ ਜਿਹੜੀਆਂ ਰਿਕਮੈਂਡੇਸ਼ਨ ਆ ਉਸ ਨੂੰ ਇੰਪਲੀਮੈਂਟ 1994 ਦੇ ਵਿੱਚ ਕੀਤਾ ਗਿਆ।
ਤਦੋਂ ਤੋਂ ਲੈ ਕੇ ਹਰ ਸਾਲ 5 ਅਕਤੂਬਰ ਨੂੰ ਇੰਟਰਨੈਸ਼ਨਲ ਡੇ ਦੇ ਤੌਰ 'ਤੇ ਮਨਾਇਆ ਜਾਂਦਾ। ਭਾਵੇਂ ਆਪਾਂ ਹਿੰਦੁਸਤਾਨ ਦੇ ਵਿੱਚ ਆਏ ਹਾਂ, ਆਪਾਂ ਜਾਣਦੇ ਹਾਂ ਕਿ ਉੱਥੇ ਇਹ ਦਿਨ 5 ਸਤੰਬਰ ਨੂੰ ਡਾਕਟਰ ਰਾਧਾ ਕ੍ਰਿਸ਼ਨ ਜਿਹੜੇ ਭਾਰਤ ਦੇ 10 ਸਾਲ ਉਪਰਾਸ਼ਟਰਪਤੀ ਰਹੇ 52 ਤੋਂ ਲੈ ਕੇ 62 ਤੱਕ, ਅਤੇ ਉਸ ਤੋਂ ਬਾਅਦ 62 ਤੋਂ ਲੈ ਕੇ 67 ਤੱਕ ਭਾਰਤ ਦੇ ਸੈਕਿੰਡ ਰਾਸ਼ਟਰਪਤੀ ਬਣੇ, ਉਹਨਾਂ ਦੇ ਜਨਮਦਿਨ ਦੇ ਸੰਬੰਧ ਵਿੱਚ ਉਹ ਟੀਚਰ ਡੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ। ਆਪਾਂ 2018 ਦੇ ਵਿੱਚ ਇਹ ਦਿਨ 3 ਸਤੰਬਰ ਨੂੰ ਸੁਸਾਇਟੀ ਦੇ ਵਿੱਚ ਮਨਾਇਆ ਸੀ ਉਹਨਾਂ ਦੇ ਜਨਮਦਿਨ ਦੇ ਸੰਬੰਧ ਵਿੱਚ, ਅਤੇ ਪਿਛਲੇ ਸਾਲ ਆਪਾਂ ਇਹ ਜਿਹੜਾ ਆ 5 ਅਕਤੂਬਰ ਨੂੰ ਦਿਨ ਮਨਾਇਆ ਸੀ। ਕਿ ਅਧਿਆਪਕ ਦੀ ਜਿਹੜੀ ਦੇਣ ਆ ਉਹ ਆਪ ਸਾਰਿਆਂ ਨੂੰ ਭੁੱਲੀ ਭਾਂਤਾ ਕਿ ਇਹ ਸਾਰੇ ਸਾਨੂੰ ਮਾਰਗ ਪ੍ਰਦਰਸ਼ਨ ਕਰਦੇ ਆ, ਅਤੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੇ ਵਿੱਚ ਇਹਨਾਂ ਦਾ ਕਿੰਨਾ ਹੱਥ ਵਾ। ਅਤੇ ਆਪਾਂ ਜਾਣਦੇ ਹਾਂ ਗੁਰਬਾਣੀ ਦੇ ਅਨੁਸਾਰ ਵੀ ਕਿ ਗੁਰੂ ਦੀ ਕੀ ਅਹਿਮੀਅਤ ਵਾ। ਗੁਰਬਾਣੀ 'ਚ ਲਿਖਿਆ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਬੱਧਾ ਮੰਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਤਾਂ ਸਾਨੂੰ ਉੱਥੋਂ ਜਿੱਥੇ ਰੂਹਾਨੀਅਤ ਦੀ ਸੇਧ ਮਿਲਦੀ ਹੈ ਉੱਥੇ ਨਾਲ ਨਾਲ ਸਾਨੂੰ ਪਤਾ ਲੱਗਦਾ ਕਿ ਗੁਰੂ ਤੋਂ ਬਿਨਾਂ ਗੱਤ ਨਹੀਂ ਹੋ ਸਕਦੀ ਅਤੇ ਸ਼ਾਹ ਬਿਨਾਂ ਪੱਤ ਨਹੀਂ ਹੋ ਸਕਦੀ। ਇਸੇ ਤਰ੍ਹਾਂ ਰਵਿੰਦਰ ਨਾਥ ਟੈਗੋਰ ਜਿਹੜਾ ਆ ਉਹਦੀ ਵੀ ਅਧਿਆਪਕਾਂ ਬਾਰੇ ਆਪਣੀ ਕਡੀਸ਼ਨ ਦਿੱਤੀ ਸੀ। ਉਹ ਕਹਿੰਦਾ ਸੀ ਇਹ ਲਿੰਪ ਕੈਨ ਨੈਵਰ ਲਾਈਟ ਅਨਦਰ ਲਿੰਪ ਅੰਟਿਲ ਇਟ ਕੰਟੀਨਿਊਸ ਟੂ ਬਰਨ ਇਟ ਇਸ ਓਨ ਫਲੇਮ। ਇਹ ਟੀਚਰ ਕੈਨ ਨੈਵਰ ਟਰੂਲੀ ਟੀਚ ਅਨਲੈਸ ਹੀ ਇਜ਼ ਸਟਿਲ ਲਰਨਿੰਗ ਹਿਮਸੈਲਫ। ਇਸ ਕਰਕੇ ਐਜੂਕੇਸ਼ਨ ਜਿਹੜਾ ਆ ਇਹ ਕੰਟੀਨਿਊ ਪ੍ਰੋਸੈਸ ਹੈ। ਪਿਛਲੇ ਸਾਲ ਆਪਾਂ ਕੁਛ ਅੱਜ ਤੋਂ ਤਕਰੀਬਨ 2 ਸਾਲ ਤੋਂ ਜ਼ਿਆਦਾ ਹੋ ਗਿਆ ਅਸੀਂ ਇਸ ਮਕਸਦ ਨਾਲ ਇਹ ਸੰਸਥਾ ਬਣਾਈ ਸੀ ਕਿ ਕੁਝ ਨਾ ਕੁਝ ਅਸੀਂ ਜਿੱਥੋਂ ਹਿੰਦੁਸਤਾਨ ਤੋਂ ਪੜ੍ਹਾ ਕੇ ਆਏ ਹਾਂ ਉੱਥੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ, ਇੱਥੇ ਵੀ ਅਸੀਂ ਕੰਮਾਂ ਕਾਰਾਂ ਵਿੱਚ ਆਪਣੇ ਟੱਬਰਾਂ ਨੂੰ ਪਾਲਿਆ, ਕਿਉਂ ਨਾ ਫਿਰ ਆਪਾਂ ਇਸ ਸੋਸਾਇਟੀ ਨੂੰ ਕੁਝ ਪੇ ਬੈਕ ਕਰ ਸਕੀਏ। ਅਤੇ ਸਾਡੇ ਕੁਝ ਮੈਂਬਰ ਸਾਹਿਬਾਂ ਉਹਨੀ ਦਿਨੀ ਜਿੰਮ ਦੇ ਵਿੱਚ ਜਾਂਦੇ ਹੁੰਦੇ ਜਦੋਂ ਕਿਸੇ ਨੇ ਗੱਲਬਾਤ ਕਰਨੀ, ਕਿਸੇ ਨੇ ਕਹਿਣਾ ਮੈਂ ਕਿਤੇ ਟੀਚਰ ਹਾਂ, ਕਿਸੇ ਨੇ ਕਿਸੇ, ਤਾਂ ਫਿਰ ਜਸਵੀਰ ਸਿੰਘ ਗੱਲ ਹੋਣੀ ਜੋ ਇੱਥੇ ਸਕੂਲ ਦੇ ਵਿੱਚ ਪੜ੍ਹਾਉਂਦੇ ਸੀ, ਇਹਨਾਂ ਨੇ ਗੱਲਬਾਤ ਕੀਤੀ ਵੀ ਆਪਾਂ ਕੋਈ ਇਹੋ ਜਿਹੀ ਸੰਸਥਾ ਬਣਾਈਏ ਕਿ ਜਿਹੜੀ ਆਪਣੇ ਅਧਿਆਪਕ ਇੰਡੀਆ ਤੋਂ ਉਹਨਾਂ ਦੀ ਸੋਸ਼ਲਾਈਜੇਸ਼ਨ ਵੀ ਹੋ ਸਕੇ, ਬੂਸਟਿੰਗ ਵੀ ਹੋ ਸਕੇ, ਅਤੇ ਇਕੱਠੇ ਹੋ ਕੇ ਆਪਾਂ ਸਮਾਜ ਲਈ ਕੁਝ ਅਸਾਰੂ ਕੰਮ ਕਰ ਸਕੀਏ। ਅਤੇ ਤਕਰੀਬਨ 16 ਅਗਸਤ 2018 ਦੀ ਗੱਲ ਅਸੀਂ 3-4 ਜਣੇ ਸੀ ਅਤੇ ਇਹ ਗੱਲਬਾਤ ਕੀਤੀ ਗਈ। ਉਸ ਤੋਂ ਬਾਅਦ ਫਿਰ 25 ਅਗਸਤ ਨੂੰ ਉਸੇ 2018 ਨੂੰ ਅਸੀਂ ਫਿਰ ਇਹ ਜਿਹੜੀ ਆ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਉਦੋਂ 10-15 ਟੀਚਰ ਇਕੱਠੇ ਹੋਏ ਸੀ ਅਤੇ ਇਹ ਓਵਰਸੀ ਟੀਚਰ ਐਸੋਸੀਏਸ਼ਨ ਦਾ ਨਾਂ ਜਿਹੜਾ ਆ ਸਾਰਿਆਂ ਨੇ ਪ੍ਰਪੋਜ਼ ਕੀਤਾ ਕਿ ਇਸ ਦੇ ਕੁਝ ਏਮ ਆ ਜੋ ਅਸੀਂ ਉਲੀਕੇ ਜਾਂ ਓਬਜੈਕਟ ਦੇ ਉਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੰਨਾ ਵੀ ਚਲੋ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਦੇ ਮੁਤਾਬਕ ਆਪਣੀ ਫਿਜ਼ੀਕਲ ਦੇ ਹਿਸਾਬ ਨਾਲ ਵੀ ਅਸੀਂ ਆਪਾਂ ਏਜ ਦੇ ਵਿੱਚ ਜਿੰਨਾ ਵੀ ਆਪਣਾ ਟੈਲ ਫੋਲ ਅਸੀਂ ਪਾ ਸਕਦੇ ਹਾਂ ਆਪਾਂ ਨੂੰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ। ਇਹਦੇ ਵਿੱਚ ਕਿ ਸਾਡਾ ਪਹਿਲਾ ਮਨੋਰਥ ਆ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਆ ਹੈਲਥ ਜਿਹਨਾਂ ਰਿਲੇਟਡ ਇਲਨੈਸ ਆ ਅਸੀਂ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰੀਏ। ਇਹ ਤਕਰੀਬਨ ਆਪਣੀ ਕਮਿਊਨਿਟੀ ਐਟ ਲਾਰਜ ਉਹ ਹਰੇਕ ਸਾਲ ਇਹ ਜਿਹੜੀ ਈਵੈਂਟਸ ਔਰਗੇਨਾਈਜ਼ ਕਰਦੀ ਆ ਮੈਲੋ ਟਰੈਕ ਸੈਂਟਰ ਦੀਆਂ ਕਰੋਂਗਾ 'ਚ, ਅਤੇ ਪਿਛਲੇ ਤੋਂ ਪਿਛਲੇ ਸਮਿਆਂ ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਤਕਰੀਬਨ ਉਹਦੇ ਵਿੱਚ ਆਪਣੇ ਵਾਈਟ ਵੀ ਬਰਾਊਨ ਵੀ ਸਾਰੇ ਚੀਨ ਦੇ ਵੀ ਇੰਡੀਜਨਸ ਪੀਪਲ ਵੀ ਸਾਰਿਆਂ ਨੇ ਪਾਰਟੀਸਪੇਟ ਕੀਤਾ ਅਤੇ ਉਸ ਵਕਤ $20,000 ਇਕੱਠਾ ਕਰਕੇ ਜਿਹੜੀ ਉਹ ਕਾਉਂਸਲਿੰਗ ਕਰਦੇ ਬੱਚਿਆਂ ਦੀ ਜਿਹੜੇ ਨੀਡੀ ਪਰਸਨ ਆ ਉਹਨਾਂ ਨੂੰ ਦਿੱਤਾ ਅਤੇ ਉਹ ਕਾਫੀ ਗਿਣਤੀ ਦੇ ਵਿੱਚ ਉਦੋਂ ਉੱਥੇ ਤਕਰੀਬਨ 250-300 ਜਿਹੜਾ ਆਪਣੀ ਜੰਗ ਜਨਰੇਸ਼ਨ ਮੁੰਡੇ ਕੁੜੀਆਂ ਇਕੱਠੇ ਹੁੰਦੇ ਆ ਅਤੇ ਅਸੀਂ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦੇ ਹਾਂ। ਦੂਸਰਾ ਆ ਵੀ ਸਫਾਈ, ਚਾਹੇ ਉਹ ਗੁਰੂ ਘਰਾਂ ਦੇ ਆਲੇ ਦੁਆਲੇ ਆ, ਚਾਹੇ ਉਹ ਸੜਕਾਂ 'ਤੇ ਆ, ਚਾਹੇ ਉਹ ਮੰਦਰਾਂ ਦੀ ਆ, ਚਾਹੇ ਉਹ ਮਸਜਿਦ ਵਾ, ਚਾਹੇ ਉਹ ਪਾਰਕਾਂ ਦੇ ਵਿੱਚ ਆ,
ਉਹ ਵੀ ਅਸੀਂ ਇਹ ਉਪਰਾਲਾ ਕੀਤਾ ਤੇ 2000 ਪਿਛਲੇ ਸਾਲ ਸੀ 19 ਦੇ ਵਿੱਚ ਨਗਰ ਕੀਰਤਨ ਤੇ ਸਾਡੀ ਸਮੁੱਚੀ ਟੀਮ ਨੇ ਭਾਗ ਲੈ ਕੇ ਬੜਾ ਵਧੀਆ ਇਹ ਕੰਮ ਕੀਤਾ ਇਸ ਦੇ ਨਾਲ ਹੀ ਜੈਕੀ ਪਾਰਕ ਦੇ ਵਿੱਚ ਅਸੀਂ ਪਿਛਲੇ ਸਾਲ ਵੀ ਸਫਾਈ ਦਾ ਜਿਹੜਾ ਬੀੜਾ ਚੱਕਿਆ ਸੀ ਉੱਥੇ ਵੀ ਕਾਫੀ ਗਿਣਤੀ ਵਿੱਚ ਸਾਡੇ ਅਧਿਆਪਕ ਸਾਥੀ ਜਿਹੜੇ ਪਹੁੰਚੇ ਸੀ ਇਸੇ ਤਰ੍ਹਾਂ ਅਸੀਂ ਜਿਹੜੇ ਕੋਈ ਜਿਹੜੀ ਚੈਰੀਟੇਬਲ ਐਸੋਸੀਏਸ਼ਨ ਇੱਥੇ ਬਹੁਤ ਸਾਰੀਆਂ ਚੈਰੀਟੇਬਲ ਐਸੋਸੀਏਸ਼ਨਾਂ ਆ ਉਹਨਾਂ ਦੇ ਵਿੱਚ ਵੀ ਅਸੀਂ ਕੁਝ ਨਾ ਕੁਝ ਭਾਗ ਲੈ ਕੇ ਉਹਨਾਂ ਦੇ ਨਾਲ ਚੱਲਣਾ ਚਾਹੁੰਦੇ ਹਾਂ ਤਾਂ ਕਿ ਜਿਹੜੀ ਕਮਿਊਨਿਟੀ ਐਟ ਲਾਰਜ ਆ ਕਿਸੇ ਤਰ੍ਹਾਂ ਇਹ ਫੀਲ ਨਾ ਕਰ ਸਕੇ ਵੀ ਹਾਂ ਇਹ ਸ਼ਾਇਦ ਵੱਖਰੇ ਤੌਰ ਤੇ ਰਹਿੰਦੀ ਹੈ ਸਾਡੀ ਇਨਵਾਇਰਮੈਂਟ ਨਹੀਂ ਇਸ ਦੇ ਨਾਲ ਆਪਾਂ ਇਸ ਸ਼ਹਿਰ ਨੂੰ ਇਸ ਸੂਬੇ ਨੂੰ ਇਸ ਮੁਲਕ ਨੂੰ ਹੋਰ ਵਧੀਆ ਬਣਾ ਸਕਦੇ ਹਾਂ ਤੇ ਇਸੇ ਤਰ੍ਹਾਂ ਜਿਹੜੇ ਹੋਮਲੈਸ ਪਰਸਨ ਆ ਜਿਹੜੇ ਸ਼ੈਲਟਰਾਂ 'ਚ ਰਹਿੰਦੇ ਆ ਡਾਊਨ ਟਾਊਨ ਉਹਨਾਂ ਨੂੰ ਵੀ ਜਿਹੜੇ ਆ ਕ੍ਰਿਸਮਸ ਡੇ ਦੇ ਉੱਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਸੌਕਸਾਂ ਵਗੈਰਾ ਕੋਈ ਉਹਨਾਂ ਦੇ ਹੋਰ ਸ਼ਰਟਾਂ ਵਗੈਰਾ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਪ੍ਰਦਾਨ ਕਰਕੇ ਇਹ ਸਾਡੇ ਪ੍ਰੋਜੈਕਟ ਜਿਹੜੇ ਸਾਡੇ ਵਕਫ ਪਿਛਲੇ ਸਮੇਂ ਦੇ ਸਾਡੇ ਵਕਫ ਆ ਟਰਾਂਟੋ ਦਾ ਆਏ ਸੀ ਉਹ ਕੰਸਲਟੈਂਟ ਆ ਉਹ ਸ਼ੈਲਟਰ 'ਤੇ ਆਏ ਉਹਨੇ 10,000 ਦਾ ਸਮਾਨ ਕੱਲ ਆਕੇ ਮੇਰੇ ਨਾਲ ਲਾਇਆ ਅਤੇ ਇੱਥੋਂ ਸਟੋਰਾਂ ਤੋਂ ਖਰੀਦ ਕੇ ਚੁੱਪ ਚਾਪ ਗਏ ਅਤੇ ਸ਼ੈਲਟਰ ਦੇ ਉੱਤੇ ਜਿੰਨੇ ਸੀ ਉਹਨਾਂ ਸਾਰਿਆਂ ਨੂੰ ਡਿਸਟ੍ਰੀਬਿਊਟ ਇਸ ਤਰ੍ਹਾਂ ਦਾ ਜਿੰਨੀ ਕੁ ਸਾਡੇ ਕੋਲ ਸੋਰਸ ਬਣੇਗਾ ਫਾਈਨੈਂਸ਼ੀਅਲ ਅਸੀਂ ਉਸ ਹਿਸਾਬ ਨਾਲ ਚੱਲੀ ਜਾਣਾ ਹੈ ਅੱਗੇ ਸਾਡਾ ਹੈਗਾ ਬਈ ਜੇ ਕੋਈ ਬੰਦਾ ਵੀ ਜਿਸ ਤਰ੍ਹਾਂ ਇੱਥੇ ਇਲੈਕਸ਼ਨਾਂ ਹੁੰਦੀਆਂ ਚਾਹੇ ਉਹ ਫੈਡਰਲੀ ਆ ਚਾਹੇ ਪ੍ਰੋਵਿੰਸ਼ਲੀ ਆ ਚਾਹੇ ਉਹ ਮਿਊਨਸਪੈਲਿਟੀ ਆ ਕੋਈ ਪਾਰਟੀਸਪੇਟ ਉਹਨਾਂ ਦੇ ਵਿੱਚ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਆ ਤਾਂ ਕਿ ਅਸੀਂ ਆਪਣੀ ਜਿਹੜੀ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪਾਰਟੀਸਪੇਟ ਕਰਦੇ ਹਾਂ ਇੱਥੇ ਵੀ ਪਾਰਟੀਸਪੇਟ ਕਰੀਏ ਤਾਂ ਕਿ ਸਾਨੂੰ ਖੁਸ਼ੀ ਮਹਿਸੂਸ ਹੋਵੇ ਹਾਂ ਅਸੀਂ ਇਸ ਕਮਿਊਨਿਟੀ ਐਟ ਲਾਰਜ ਸੁਸਾਇਟੀ ਦਾ ਹਿੱਸਾ ਬਣ ਰਹੇ ਹਾਂ ਉਸ ਤੋਂ ਬਾਅਦ ਵੀ ਹਰੇਕ ਸਾਲ ਅਸੀਂ ਕੋਈ ਨਾ ਕੋਈ ਅਹਿਮ ਸ਼ਖਸੀਅਤ ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਆਰੰਭ ਕੀਤਾ ਸੀ ਸਰਦਾਰ ਬਲਦੇਵ ਸਿੰਘ ਪਰਮਾਰ ਜਿਨ੍ਹਾਂ ਨੇ ਤਕਰੀਬਨ 23 ਸਾਲ ਇੱਥੇ ਪੜ੍ਹਾਇਆ ਅਤੇ ਪ੍ਰਿੰਸੀਪਲ ਰਿਟਾਇਰ ਹੋਏ ਫਿਰ ਉਸ ਤੋਂ ਬਾਅਦ ਉਹ ਮੈਰਿਜ ਕਮਿਸ਼ਨਰ ਵਲੰਟੀਅਰ ਜੋਬ ਕਰਦੇ ਰਹੇ ਉਸ ਕਮਿਸ਼ਨਰ ਦਾ ਵੀ ਕੀਤਾ ਉਹਨਾਂ ਨੂੰ ਭਾਵੇਂ ਉਹਨਾਂ ਦੀ ਉਮਰ 93 ਸਾਲ ਦੀ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਬੜੀਆਂ ਵਧੀਆ ਗੱਲਾਂ ਹੋਣੀਆਂ ਆਪਣੀਆਂ ਪਿਛਲੇ ਸਮੇਂ ਦੀਆਂ ਅਤੇ ਇਸ ਸਮੇਂ ਦੀਆਂ ਉਹ ਕੋਰਲੇਟ ਕੀਤੀਆਂ ਪਰ ਕੋਵਿਡ-19 ਕਰਕੇ ਉਹਨਾਂ ਦਾ ਇੱਥੇ ਆਉਣਾ ਥੋੜ੍ਹਾ ਜਿਹਾ ਮੁਸ਼ਕਲ ਆ ਅਤੇ ਇਸ ਦੇ ਨਾਲ ਹੀ ਅਸੀਂ ਜਿਹੜੀ ਆਪਣੀ ਲੈਂਗੁਏਜ ਆ ਉਸ ਨੂੰ ਆਪਣੇ ਬੱਚਿਆਂ ਦੇ ਵਿੱਚ ਪ੍ਰਮੋਟ ਕਰਨ ਲਈ ਵੀ ਯਤਨ ਕਰ ਰਹੇ ਹਾਂ ਕਿ ਛੁੱਟੀਆਂ ਦੇ ਟਾਈਮ ਆ ਸਾਡੇ ਕੁਝ ਸਾਥੀ ਦੇ ਅਧਿਆਪਕ ਸਾਹਿਬਾਨਾਂ ਦੇ ਸੁਝਾਅ ਸੀ ਕਿ ਕਿਉਂ ਨਾ ਆਪਾਂ ਜਿਹੜੇ 2 ਮਹੀਨੇ ਆ ਬੱਚਿਆਂ ਨੂੰ ਵਲੰਟਰੀ ਪੰਜਾਬੀ ਜਿਹੜੀ ਆ ਸਿਖਾਈ ਜਾ ਸਕੇ ਉਹਦੇ ਵਿੱਚ ਸਰਦਾਰ ਪਾਲ ਸਿੰਘ ਉਹਨਾਂ ਦਾ ਬਹੁਤ ਵੱਡਾ ਹੱਥ ਆ ਕਿ ਜਿਨ੍ਹਾਂ ਨੇ ਬੜੀ ਜਦੋਜਹਦ ਕੀਤੀ ਅਤੇ ਆਪਣੇ ਲਾਗੇ ਦੋ ਸਕੂਲ ਜਿਹੜੇ ਪੋਲਡ ਮੈਡੋ ਆ ਅਤੇ ਪੋਲਡ ਮੈਡੋ ਆ ਨਾਲ ਮੇਕ ਯੂ ਮਨ ਆ ਤਾਂ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੀ ਅਡੀਸ਼ਨਲ ਪੰਜਾਬੀ ਆ ਉਹ ਲਿਆਂਦੀ ਮੇਰੇ ਕਾਕੇ ਨੇ ਯੂਨੀਵਰਸਿਟੀ ਦੇ ਵਿੱਚ ਅਡੀਸ਼ਨਲ ਸਬਜੈਕਟ ਜਿਹੜਾ ਪੰਜਾਬੀ ਰੱਖਿਆ ਸੀ ਇਹ ਸੀ ਮੇਰੇ ਡਾਕਟਰ ਲਾ ਨੇ ਵੀ ਰੱਖਿਆ ਸੀ ਅਤੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਗੁਰੂ ਘਰਾਂ ਦੇ ਵਿੱਚ ਹੀ ਭਾਵੇਂ ਵੀਕਐਂਡ ਦੇ ਪ੍ਰਚਲਿਤ ਸੀ ਪਰ ਹੁਣ ਇਹ ਜਿਹੜੀ ਆ ਇਹ ਬਾਹਰ ਨਿਕਲ ਕੇ ਜਿਵੇਂ ਦੂਸਰੇ ਬੋਰਡ ਦੇ ਵਿੱਚ ਪਬਲਿਕ ਬੋਰਡਾਂ ਦੇ ਵਿੱਚ ਆ ਰਹੀ ਆ ਇਹਨਾਂ ਦਾ ਥਾਂ ਜਦੋਂ ਨਹੀਂ ਗੁਰੂ ਘਰਾਂ ਦੇ ਵਿੱਚ ਮੀਡੀਆ 'ਚ ਜਾ ਕੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਬੜੀ ਯਤਨ ਕੀਤੇ ਆਪਣੀਆਂ ਸਟੇਟਮੈਂਟਾਂ ਦੀਆਂ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਦੇ ਆਪਣੇ ਨਾਂ ਤੁਸੀਂ ਇਸ ਪੰਜਾਬੀ ਭਾਸ਼ਾ ਲਈ ਕਰੋ ਅਤੇ ਕਾਫੀ ਇਹਨੇ ਫੰਡ ਵੀ ਇਕੱਠਾ ਕੀਤਾ ਪਰ ਹੁਣ ਕੁਝ ਮੈਨੂੰ ਲੱਗਦਾ ਥੋੜ੍ਹੀ ਸਥਿਤੀ ਵਿਗੜਦੀ ਲੱਗ ਰਹੀ ਆ ਅਤੇ ਯੂਨੈਸਕੋ ਜਿਹੜੀ ਆ ਉਹ ਹਰੇਕ ਸਾਲ ਕੋਈ ਨਾ ਕੋਈ ਨਵਾਂ ਥੀਮ ਲਿਆਉਂਦੀ ਆ ਜਿਸ ਤਰ੍ਹਾਂ ਪਿਛਲੇ ਸਾਲ ਐਜੂਕੇਸ਼ਨ ਦੇ ਵਿੱਚ ਉਹਨੇ ਥੀਮ ਲਿਆਂਦਾ ਸੀ ਇਨਗੇਜਿੰਗ ਟੀਚਰ ਅਤੇ ਇਸ ਸਾਲ ਜਿਹੜਾ ਆ ਉਹਨਾਂ ਦਾ ਜਿਹੜਾ ਹੈਗਾ ਥੀਮ ਆ ਉਹ ਲੀਡਿੰਗ ਇਨ ਕ੍ਰਾਈਸਿਸ ਐਂਡ ਰੀ ਇਮਜਿੰਗ ਦਾ ਫਿਊਚਰ ਤਾਂ ਕਿ ਜਿਹੜੇ ਟੀਚਰ ਆ ਉਸ ਦੇ ਆਲੇ ਦੁਆਲੇ ਆਪਣੀ ਐਜੂਕੇਸ਼ਨ ਪ੍ਰੋਸੈਸ ਨੂੰ ਰੱਖਣ ਅਤੇ ਸਾਨੂੰ ਸਮੇਂ ਦਾ ਹਾਣੀ ਹੋਣਾ ਪੈਣਾ ਟੈਕਨੋਲੋਜੀ ਨਾਲ ਚੱਲ ਕੇ ਬੱਚਿਆਂ ਨੂੰ ਸਟੇਟਸਮੈਨ ਕੱਲ੍ਹ ਦੇ ਬਣਾਇਆ ਜਾ ਸਕੇ ਉਹਨਾਂ ਨੂੰ ਚੰਗੇ ਸ਼ਹਿਰੀ ਬਣਾਇਆ ਜਾ ਸਕੇ ਅਤੇ ਇਹ ਸਾਡੇ ਕੁਝ ਓਬਜੈਕਟ ਸੀ ਅਸੀਂ ਪਿਛਲੇ ਸਮੇਂ ਦੇ ਦੌਰਾਨ ਕੁਝ ਕੰਮ ਕੀਤੇ ਆ ਜਿਨ੍ਹਾਂ ਦੇ ਵਿੱਚ ਅਸੀਂ ਅਰਵੀਨ 21 Street 34 'ਤੇ ਕਲੀਨਅਪ ਕੀਤੀ ਆ ਇਹ ਸੀ ਅਸੀਂ ਜੈਕੀ ਪਾਰਕ ਦੇ ਵਿੱਚ ਨਾਲ ਵਿਕਨ ਕਮਲਾਈ ਨਾਲ ਕਲੀਨਅਪ ਕੀਤੀ ਆ ਅਤੇ ਜਿਹੜੀ ਸਿੰਗਰ ਸੁਸਾਇਟੀ ਆ ਉਹਦੀ ਜਿਹੜੀ ਵਾਕ ਫਾਰ ਹੈਲਥ ਐਂਡ ਫਨ ਆ ਉਹਦੇ ਵਿੱਚ ਵੀ ਸ਼ਿਰਕਤ ਸਾਡੇ ਸਾਥੀਆਂ ਨੇ ਕੀਤੀ ਸੀ ਉਹ ਵਾਕ ਜਿਹੜੀ 5 ਕਿਲੋਮੀਟਰ ਦੀ ਸੀ ਉਹਦੇ 'ਚ ਪਾਰਟੀਸਪੇਟ ਕੀਤਾ ਗਿਆ ਇਸੇ ਤਰ੍ਹਾਂ ਸਰਦਾਰ ਅਮਰਜੀਤ ਸਿੰਘ ਸੰਧੂ
ਜਿਹੜੇ ਸੋਹਣ ਸਿੰਘ ਭਗਣਾ ਦੇ ਪਿੰਡ ਤੋਂ ਆ, ਪ੍ਰਿੰਸੀਪਲ ਰਿਟਾਇਰ ਹੋਏ ਅੰਮ੍ਰਿਤਸਰ ਤੋਂ ਗੌਰਮੈਂਟ ਸਕੂਲ ਤੋਂ, ਇਹਨਾਂ ਨੇ ਵੀ ਗੁਰੂ ਘਰ ਦੇ ਵਿੱਚ ਉੱਨੀ ਜਿਸ ਵੇਲੇ ਕ੍ਰਿਸਮਿਸ ਦੇ ਦਰਮਿਆਨ ਗੁਰੂ ਘਰ ਦੇ ਵਿੱਚ ਜਿਹੜੀ ਆ ਟਰਬਨ ਕੰਪੀਟੀਸ਼ਨ ਆ, ਪੋਇਮ ਕੰਪੀਟੀਸ਼ਨ ਆ, ਜਾਂ ਕੀਰਤਨ ਦੇ ਆ, ਤਕਰੀਬਨ 5 ਘੰਟੇ ਨੇ ਉੱਥੇ ਐਜ ਏ ਚੀਫ ਜੱਜ ਕੰਮ ਕੀਤਾ, ਕਾਫੀ ਇਹ ਸ਼ਰਾਹਨਾ ਯੋਗ ਕੰਮ ਕਰਿਆ, ਨਾਲ ਜਸਵੀਰ ਸਿੰਘ ਵੀ ਸੀ। ਇਸੇ ਤਰ੍ਹਾਂ ਅਸੀਂ ਨਗਰ ਕੀਰਤਨ ਦੇ ਵਿੱਚ ਪਾਰਟੀਸਪੇਟ ਕਰਦੇ ਹਾਂ, ਸਾਡਾ ਮੁੱਖ ਮਕਸਦ ਜਿਹੜਾ ਆ ਉਹ ਜਿਹੜਾ ਵੀ ਆਲੇ ਦੁਆਲੇ ਸਫਾਈ ਰੱਖੀਏ ਤਾਂ ਕਿ ਸਾਨੂੰ ਵੀ ਖੁਸ਼ੀ ਮਹਿਸੂਸ ਹੋਵੇ ਅਤੇ ਦੂਸਰਿਆਂ ਨੂੰ ਵੀ ਇਹ ਪਤਾ ਲੱਗੇ ਵੀ ਹਾਂ ਇਹ ਸਿਰਫ ਇਹੀ ਨਹੀਂ ਕਰ ਸਕਦੇ, ਇਹ ਆਪਣਾ ਜਿਹੜਾ ਆ ਇਹ ਪੂਰਾ ਹਿੱਸਾ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵਿੱਚ ਪਾ ਸਕਦੇ ਆ। ਅਤੇ ਹੁਣ ਪੂਰੇ ਸਾਹਿਬ ਵਾਲੇ ਤੁਸੀਂ ਸਾਰੇ ਜਾਣਦੇ ਹੀ ਹੋ, ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਵੀ ਇਹ ਨਾਨਕ ਸ਼ਾਹੀ ਕੈਂਟਰ ਦੇ ਵਿੱਚ ਰਹਿਤਾ ਅਤੇ ਇਹਨੇ ਵੀ ਕਾਫੀ ਸਮਾਂ ਪੜ੍ਹਾਇਆ, ਐਜੂਕੇਟਰ ਵੀ ਰਹੇ ਅਤੇ ਬੁੱਕਾਂ ਵੀ ਲਿਖੀਆਂ ਆ, ਫਿਲੋਸਫਰ ਵੀ ਆ, ਅਤੇ ਅੱਜ ਇਹ ਸਾਨੂੰ ਸੁਭਾਗਾ ਸਮਾਂ ਮਿਲਿਆ ਕਿ ਅੱਜ ਅਸੀਂ ਇਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ। ਸਾਡੀ ਜਿਹੜੀ ਆ ਓਵਰਸੀ ਟੀਚਰ ਐਸੋਸੀਏਸ਼ਨ ਅਲਬਰਟ ਆ ਉਹ ਸਰਵ ਉਹਦੇ ਮੈਂਬਰ ਸਰਵ ਸੰਮਤੀ ਨਾਲ ਇਹ ਚੂਜ਼ ਕਰਦੇ ਆ ਕਿ ਇਸ ਸਾਲ ਨਾਂ ਪ੍ਰਪੋਜ਼ ਕਰ ਦਿੱਤੇ ਜਾਂਦੇ ਆ ਵੀ ਕਿਹਨੂੰ ਦਾ, ਅਤੇ ਇਸ ਵਕਤ ਇਹਨਾਂ ਦਾ ਨਾਂ ਜਿਹੜਾ ਆ ਉਹ ਲਿਆਂਦਾ ਗਿਆ ਆ। ਅਤੇ ਇਸ ਦੇ ਨਾਲ ਮੈਂ ਆਪਣੇ ਮੈਡੋ ਹਲਕੇ ਦੇ MLA ਜਸਵੀਰ ਸਿੰਘ ਸ਼੍ਰੀ ਜਸਵੀਰ ਸਿੰਘ ਦਿਓਰ ਅਤੇ ਕੌਂਸਲਰ ਮੋਹ ਬੰਗਾ ਦਾ ਵੀ ਧੰਨਵਾਦ ਕਰਦਾ ਕਿ ਉਹ ਆਪਣੇ ਕੀਮਤੀ ਵਕਤ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਪਹੁੰਚਿਆ, ਕਿਉਂਕਿ ਇਹਨੇ ਦੂਸਰੇ ਪਾਸੇ ਵੀ ਜਾਣਾ ਆ ਲੈਜਿਸਲੇਚਰ ਦੇ ਵਿੱਚ, ਉਹ ਕਿਸਾਨ ਹਿੰਦੁਸਤਾਨ ਦੇ ਵਿੱਚ ਦੇ ਪੱਖਾਂ ਵਿੱਚ ਜਿਹੜੀ ਆ ਸ਼ਿਰਕਤ ਕਰਨੀ ਆ ਤਾਂ ਕਿ ਉੱਥੋਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਇਹ ਕੰਪੈਲ ਕੀਤਾ ਜਾ ਸਕਦਾ ਕਿ ਕਿਸ ਤਰ੍ਹਾਂ ਕਿਸਾਨੀ ਨੂੰ ਬਚਾਉਣਾ ਆ। ਇਸ ਤੋਂ ਪਹਿਲਾਂ ਆਰੰਭ ਕਰੀਏ, ਥੋੜ੍ਹੇ ਜਿਹੇ ਮਤੇ ਜਿਹੜੇ ਆ ਇੱਕ ਦੋ ਅਗਵਾਹ ਹੋਣ ਦੇ ਵਿੱਚ ਲੈਂਦੇ ਗਏ ਆ। ਪਹਿਲਾ ਮਤਾ ਆ ਤਾਂ ਕਿ ਸਾਡੇ ਕੋਲ ਟਾਈਮ ਘੱਟ ਲੱਗੇ, ਕਿਸਾਨੀ ਦੇ ਨਿਖੇਧੀ ਮਤਾ ਪੇਸ਼ ਕਰਦੇ ਹਾਂ। ਓਵਰਸੀ ਟੀਚਰ ਐਸੋਸੀਏਸ਼ਨ ਅਲਬਰਟਾ ਸਰਬਸੰਮਤੀ ਨਾਲ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਮਾਰੂ ਬਿੱਲਾਂ ਦੀ ਨਿਖੇਧੀ ਕਰਦੀ ਹੈ ਅਤੇ ਇਸ ਨੂੰ ਵਾਪਸ ਲੈਣ ਦੀ ਪਰਜ਼ੋਰ ਅਪੀਲ ਕਰਦੀ ਹੈ ਤਾਂ ਜੋ ਭਾਰਤ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ। ਇਹ ਜਥੇਬੰਦੀ ਕਿਸਾਨ ਜਥੇਬੰਦੀਆਂ ਵੱਲੋਂ ਇਸ ਦੇ ਵਿਰੋਧ ਵਿੱਚ ਚਲਾਏ ਜਾ ਰਹੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਜੇ ਸਹਿਮਤ ਹੋ ਤਾਂ ਹੱਥ ਖੜੋ। ਦੂਸਰਾ ਜੋ ਮਤਾ ਹੈ ਉਹ ਸ਼ੋਕ ਮਤਾ ਆ, ਓਵਰਸੀ ਟੀਚਰ ਐਸੋਸੀਏਸ਼ਨ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰੱਗੀ ਭਾਈ ਨਿਰਮਲ ਸਿੰਘ ਖਾਲਸਾ, ਭਾਈ ਹਰਨਾਮ ਸਿੰਘ ਸ਼੍ਰੀਨਗਰ ਵਾਲੇ ਅਤੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜਿਨ੍ਹਾਂ ਦੀ ਜਾਨਲੇਵਾ ਬਿਮਾਰੀ ਬਲੱਡ ਕੈਂਸਰ ਨੇ 7 ਅਕਤੂਬਰ 2020 ਨੂੰ ਜਾਨ ਲੈ ਲਈ ਹੈ ਅਤੇ ਦੁੱਖ ਦਾ ਇਜ਼ਹਾਰ ਕਰਦੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਰਿਸ਼ਤੇਦਾਰ ਅਤੇ ਸਮੂਹ ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਧੰਨਵਾਦ ਸਰ OTA ਐਡਵੈਂਟ। ਇਸੇ ਤਰ੍ਹਾਂ ਇੱਕ ਹਮਦਰਦੀ ਮਤਾ ਅਸੀਂ ਰੱਖਿਆ, ਇਹ ਲਿਆਂਦਾ ਆ ਲੈਣ ਜਾ ਰਹੇ ਹਾਂ ਕਿ ਓਵਰਸੀ ਟੀਚਰ ਐਸੋਸੀਏਸ਼ਨ ਅਲਬਰਟਾ ਵਾਰਡ ਵਿੱਚ ਹੋਈਆਂ ਕੋਰੋਨਾ ਵਾਇਰਸ ਨਾਲ ਮੌਤਾਂ 'ਤੇ ਅਫਸੋਸ ਪ੍ਰਗਟ ਕਰਦੀ ਹੈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੀ ਹੈ ਅਤੇ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਜਲਦ ਤੰਦਰੁਸਤ ਹੋਣ ਲਈ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ। ਅਤੇ ਹੁਣ ਮੈਂ ਇਸ ਸ਼ੁਰੂਆਤ ਕਰਦਾ ਹਾਂ ਭੈਣ ਜੀ ਸਰਜੀਤ ਕੌਰ ਜਿਹੜੇ ਸਾਡੇ ਬੜੇ ਮੀਡੀਆ ਕਰਮੀ ਆ, ਜਿਹੜੇ ਇਲੈਕਟ੍ਰੋਨਿਕ ਮੀਡੀਆ ਦੇ ਚਾਹੇ TV ਆ ਚਾਹੇ ਰੇਡੀਓ ਆ, ਆਪਣੇ ਟਾਈਮ 'ਤੇ ਕੋਈ ਨਾ ਕੋਈ ਪ੍ਰੋਗਰਾਮ ਜਿਹੜੇ ਭੇਜ ਦਿੰਦੇ ਰਹਿੰਦੇ ਆ, ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਇੱਕ ਕਵਿਤਾ ਨਾਲ ਸਨਮੁੱਖ ਹੋਣ। ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਚੀਫ ਗੈਸਟ ਸਰਦਾਰ ਪਾਲ ਸਿੰਘ ਪੁਰੇਵਾਲ ਅਤੇ ਸਾਡੇ ਮੋਹਬੰਗਾ ਸਾਹਿਬ ਜੀ, ਅਤੇ ਮੇਰਾ ਖਿਆਲ ਜਸਵੀਰ ਸਿੰਘ, ਅਤੇ ਸਾਡੇ ਮੀਡੀਆ ਕਰਮੀ ਜੋ ਆਏ ਨੇ,
ਅਤੇ ਓਵਰਸੀ ਟੀਚਰ ਦੁਨੀਆਂ ਦੇ ਪ੍ਰਧਾਨ ਜਸਵੀਰ ਸਿੰਘ ਅਤੇ ਹੋਰ ਸਾਰੇ ਮੈਂਬਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ। ਕਨਫਿਊਜ਼ਸ ਨੇ ਕਿਹਾ ਸੀ ਕਿ ਜੇਕਰ ਤੁਹਾਡੀ ਪਲਾਨ ਇੱਕ ਸਾਲ ਦੀ ਆ ਤਾਂ ਝੋਨਾ ਬੀਜ ਲਵੋ, ਜੇਕਰ 10 ਸਾਲ ਦੀ ਆ ਤਾਂ ਦਰਖਤ ਬੀਜ ਲਵੋ, ਜੇਕਰ 100 ਸਾਲ ਦੀ ਆ ਤਾਂ ਬੱਚੇ ਪੜ੍ਹਾ ਲਵੋ। ਇਹ ਜਿਹੜੀ ਵਿੱਦਿਆ ਵਾ ਇਹ ਕੌਣ ਦਿੰਦਾ? ਟੀਚਰ। ਬੱਚਿਆਂ ਨੂੰ ਅਧਿਆਪਕ ਸਿਰਫ ਕਿਤਾਬੀ ਵਿੱਦਿਆ ਹੀ ਨਹੀਂ ਦਿੰਦੇ, ਉਹਨਾਂ ਨੂੰ ਜ਼ਿੰਦਗੀ ਦੀ ਜਾਂਚ ਵੀ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਉਣਾ ਵਾ ਤੁਸੀਂ, ਸਾਰੀ ਜ਼ਿੰਦਗੀ ਵਿੱਚ ਕੀ ਸੱਚ ਆ ਕੀ ਝੂਠ ਆ, ਕੀ ਤੁਸੀਂ ਪੰਕਚੁਅਲ ਰਹਿਣਾ ਵਾ, ਇਮਾਨਦਾਰ ਰਹਿਣਾ ਵਾ। ਇਹ ਜੇ 3 ਕੁ ਚੀਜ਼ਾਂ ਹੀ ਬੱਚਿਆਂ ਨੂੰ ਸਿਖਾਈਆਂ ਜਾਣ, ਬੱਚੇ ਆਪਣੀ ਜ਼ਿੰਦਗੀ ਬਹੁਤ ਵਧੀਆ ਕੱਢ ਸਕਦੇ ਆ। ਇਵੇਂ ਜਿਵੇਂ ਜਿਹੜੇ ਪ੍ਰਾਇਮਰੀ ਅਧਿਆਪਕ ਹੁੰਦੇ ਆ, ਉਹ ਮੈਨੂੰ ਲੱਗਦਾ ਹੁੰਦਾ ਬਈ ਸਭ ਤੋਂ ਉਹਨਾਂ ਦਾ ਰੋਲ ਆ ਜਿਹੜਾ ਸਭ ਤੋਂ ਜ਼ਿਆਦਾ ਹੁੰਦਾ ਬੱਚੇ ਦੀ ਜ਼ਿੰਦਗੀ 'ਚ, ਕਿਉਂਕਿ ਛੋਟੇ ਬੱਚਿਆਂ ਨੂੰ ਦੀਆਂ ਆਦਤਾਂ ਉਹਨਾਂ ਨੇ ਹੀ ਬਣਾਉਣੀਆਂ ਹੁੰਦੀਆਂ ਨੇ। ਅਤੇ ਵੱਡਿਆਂ ਜਦੋਂ ਸਾਡੇ ਕੋਲ ਆਉਂਦੇ ਸੀ, ਵੱਡੇ ਹੋ ਜਾਂਦੇ ਸੀ ਬੱਚੇ, ਫਿਰ ਅਸੀਂ ਤਾਂ ਜਾਣੀ ਕਿ ਨਿਉਂ ਤੋਂ ਜਿਹੜੀ ਕੰਧ ਸ਼ੁਰੂ ਹੋ ਗਈ ਉਹੀ ਉਸਾਰਦੇ ਹਾਂ, ਪਰ ਫਿਰ ਵੀ ਟੀਚਰ ਦਾ ਬਹੁਤ ਰੋਲ ਹੁੰਦਾ। ਟੀਚਰ ਕਿਹਾ ਹੀ ਪ੍ਰਾਇਮਰੀ ਨੂੰ ਜਾਂਦਾ ਵਾ, ਦੂਸਰੇ ਤਾਂ ਹੋਰ ਬਣ ਜਾਂਦੇ ਆ, SS ਮਾਸਟਰ, ਲੈਕਚਰਾਰ, ਪ੍ਰਿੰਸੀਪਲ ਇਸ ਤਰ੍ਹਾਂ ਆ ਜਾਂਦੇ ਆ, ਪ੍ਰੋਫੈਸਰ। ਅਤੇ ਜਿਹੜੇ ਸਾਡੇ ਨਾ ਪਹਿਲੇ ਰਾਸ਼ਟਰਪਤੀ ਹੋਏ ਨੇ ਅਬਦੁਲ ਕਲਾਮ, ਉਹਨਾਂ ਨੇ ਜਦੋਂ ਨਾ ਸਹੁੰ ਚੁੱਕਣੀ ਸੀ, ਉਹਨਾਂ ਨੇ ਆਪਣਾ ਪ੍ਰਾਇਮਰੀ ਟੀਚਰ ਭਾਲਣ ਦੇ ਲਈ ਸਮਾਂ ਮੰਗਿਆ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਉਹ ਕਿੱਥੇ ਰਹਿੰਦੇ ਆ। ਉਹਨਾਂ ਨੂੰ ਸੱਦਿਆ ਅਤੇ ਆਪਣੇ ਦੂਸਰੇ ਟੀਚਰਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਮੂਹਰਲੀ ਲਾਈਨ ਵਿੱਚ ਬਹਾਇਆ ਅਤੇ ਉਹਨਾਂ ਦਾ ਕਿਰਾਇਆ ਆਪਣੇ ਕੋਲੋਂ ਲਾਇਆ ਅਤੇ ਸਹੁੰ ਚੁੱਕਣ ਤੋਂ ਬਾਅਦ ਉਹਨਾਂ ਦੇ ਪੈਰੀਂ ਹੱਥ ਵੀ ਲਾਇਆ। ਕਿੰਨੀ ਅਧਿਆਪਕ ਦੀ ਹੈਗੀ ਆ ਆਪਣਾ ਕਿੱਡਾ ਰੁਤਬਾ ਵਾ। ਇਸ ਤੋਂ ਬਾਅਦ ਸਾਡੇ 2 ਰਾਸ਼ਟਰਪਤੀ ਰਾਧਾ ਕ੍ਰਿਸ਼ਨ ਮੈਨਨ ਅਤੇ ਸ਼ੰਕਰ ਦਿਆਲ ਸ਼ਰਮਾ, ਇਹ ਵੀ ਟੀਚਿੰਗ ਲਾਈਨ 'ਚ ਸੀ, ਇਹ ਵੀ ਟੀਚਰ ਹੋਏ ਨੇ। ਇਹ ਤਾਂ ਆਪਾਂ ਨੂੰ ਪਤਾ ਹੀ ਆ, 5 ਸਤੰਬਰ ਦਾ ਦਿਨ ਅਸੀਂ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ 'ਤੇ ਮਨਾਉਂਦੇ ਹਾਂ। ਅਤੇ ਜਿਹੜੇ ਹੈਗੇ ਨੇ ਸ਼ੰਕਰ ਦਿਆਲ ਸ਼ਰਮਾ, ਉਹਨਾਂ ਦੇ ਨਾਲ ਇੱਕ ਵਾਰੀ ਘਟਨਾ ਘਟੀ। ਉਹ ਮਸਕਟ ਜਾ ਗਏ ਅਧਿਕਾਰੀ ਦੇ ਤੌਰ 'ਤੇ, ਜਦੋਂ ਉਹਨਾਂ ਦਾ ਪਲੇਨ ਓਮਾਨ ਉੱਪੜਿਆ ਏਅਰਪੋਰਟ 'ਤੇ, ਤਾਂ ਉੱਥੋਂ ਦਾ ਰਾਜਾ ਉਹਨੂੰ ਆਪ ਲੈਣ ਆਇਆ। ਉਸ ਸਮੇਂ ਕਹਿੰਦੇ 3 ਵੰਡਰਫੁੱਲ ਸਰਪ੍ਰਾਈਜ਼ ਹੋਈਆਂ, ਕਿਉਂਕਿ ਉਹ ਕਦੇ ਨਹੀਂ ਸੀ ਜਾਂਦਾ ਜੋ ਕੋਈ ਕਿੱਡਾ ਮਰਜ਼ੀ ਵੱਡਾ ਅਧਿਕਾਰੀ ਹੋਵੇ ਉਹਨੂੰ ਲੈਣ, ਉਹ ਲੈਣ ਹੀ ਨਹੀਂ ਗਏ। ਉਹ ਪੌੜੀਆਂ ਚੜ੍ਹ ਕੇ ਪਲੇਨ ਦੇ ਵਿੱਚ ਗਏ, ਵਿੱਚ ਜਾ ਕੇ ਉਹਨਾਂ ਦੇ ਪੈਰੀਂ ਹੱਥ ਲਾਇਆ ਅਤੇ ਉਹਨਾਂ ਨੂੰ ਲੈ ਕੇ ਆਏ। ਤੀਸਰੀ ਸਰਪ੍ਰਾਈਜ਼ ਇਹ ਹੋਈ, ਉਹਨਾਂ ਨੇ ਆਪਣਾ ਡਰਾਈਵਰ ਨੂੰ ਉਠਾ ਕੇ ਆਪ ਗੱਡੀ ਚਲਾਈ। ਉਹ ਕਹਿੰਦੇ ਮੈਂ ਐਂ ਨਹੀਂ ਗਿਆ ਵੀ ਇਹ ਰਾਸ਼ਟਰਪਤੀ ਸੀ ਇਹਨਾਂ ਨੂੰ ਰਿਸੀਵ ਕਰਨ, ਮੈਂ ਤਾਂ ਗਿਆ ਸੀ ਜਦੋਂ ਮੈਂ ਇੰਡੀਆ 'ਚ ਪੜ੍ਹਦਾ ਸੀ ਨਾ ਪੂਨੇ, ਉਦੋਂ ਇਹ ਮੇਰੇ ਪ੍ਰੋਫੈਸਰ ਸੀ ਉਦੋਂ ਮੇਰੇ, ਮੈਂ ਇਹਨਾਂ ਨੇ ਮੈਨੂੰ ਐਜੂਕੇਟ ਕਰਿਆ, ਇਸ ਲਈ ਮੈਂ ਇਹਨਾਂ ਨੂੰ ਇੰਨੀ ਰਿਸਪੈਕਟ ਦਿੱਤੀ ਆ। ਅੱਜ ਸਾਡੇ ਦੇ ਵਿੱਚ ਜਿਹੜੇ ਸਰਦਾਰ ਪਾਲ ਸਿੰਘ ਪੁਰੇਵਾਲ ਚੀਫ ਗੈਸਟ ਨੇ, ਇਹ ਵੀ ਅਧਿਆਪਕ ਰਹੇ ਨੇ, ਇਹਨਾਂ ਦੀ ਬੜੀ ਦੇਣ ਆ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਘਾਲਣਾ ਘਾਲ ਕੇ ਸਾਨੂੰ ਕੈਲੰਡਰ ਦਿੱਤਾ ਸਿੱਖੀ 'ਚ ਵੀ ਕਿਸ ਕਿਸ ਦਿਨ ਕਿਸ ਕਿਸ ਦਿਨ ਨੂੰ ਮਨਾਇਆ ਜਾਵੇ। ਹੁਣ ਇਸ ਤੋਂ ਬਾਅਦ ਮੈਂ ਜਿੰਨਾ ਚਿਰ ਇਹ ਦੁਨੀਆ ਰਹੂਗੀ, ਜਿਹੜਾ ਨਾ ਜਾਣੀ ਕਿ ਬੰਦਾ ਸਮਾਜ ਸੇਵਾ ਕਰਦਾ ਉਹ ਹਮੇਸ਼ਾ ਮਰਨ ਤੋਂ ਬਾਅਦ ਵੀ ਜਿਉਂਦਾ ਰਹਿੰਦਾ, ਲੰਮਾ ਸਮਾਂ ਜਿਉਂਦਾ ਰਹਿੰਦਾ ਸਮਾਜ 'ਚ। ਇਸੇ ਤਰ੍ਹਾਂ ਸਾਡੇ ਪੁਰੇਵਾਲ ਸਾਹਿਬ ਵੀ ਇੱਕ ਧਰੂ ਤਾਰੇ ਦੀ ਤਰ੍ਹਾਂ ਚਮਕਣਗੇ ਸਾਡੀ ਕੌਮ 'ਚ। ਹੁਣ ਮੈਂ ਤੁਹਾਨੂੰ ਨਾ ਇੱਕ ਕਿਸਾਨ 'ਤੇ ਕਵਿਤਾ ਸੁਣਾਉਂਦੀ ਹਾਂ। ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ, ਪਿੱਛੋਂ ਪਿੱਠ 'ਤੇ ਵਾਰ ਚਲਾ ਜਾਂਦੇ, ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ, ਲੋਕੀ ਰੱਬ ਵੇਚ ਕੇ ਖਾ ਜਾਂਦੇ। ਰੱਬਾ ਇੰਨੀ ਮਾੜੀ ਲਿਖ ਦਿੱਤੀ ਕਿਸਮਤ ਕਿਉਂ ਕਿਸਾਨ ਦੀ, ਕਦੋਂ ਨਕੇਲ ਕੱਸੀ ਜਾਊ ਇਸ ਦੇਸ਼ ਵਿੱਚ ਬੇਈਮਾਨ ਦੀ, ਕਿਤੇ ਖਾ ਲਿਆ ਨਰਮਾ ਭੈੜੇ ਚਿੱਟੇ ਮੱਛਰਾਂ ਨੇ,
बेमौसमी मीह आया विशे झोने दे सत्थर ने बीजा ते दवाइया दे भी असमानी पा चाड़ते मक्की कणक ते झोने ने भी सुक ही किसान राड़ते बोरी पिछे आड़ती भी मोटी कुंडी ठोकदा है मोटी कुंडी ठोकदे ने रब नू भी है लेखा देना ए पुराना सोचदे ने बच्चियां वांगू फसल पाल दे किसान खेती रह दे नरातां नाल मोदी जी रजाउंदे आके मन कियां बातां नाल अच्छे दिनां दा लाके लारा आप विदेशी जांदे आ सुपने नीरे बखा के सानू गप्पां दा सिरा लाउंदे आ टंगी किसानां दी लाश रजाना मिलदी है जी बागां विच रोलदा पिया किसान बेचारा आड़तीए दे ब्याजां विच हुण मोदी ने आर्डीनेंस जारी करके नवा ही फरमान सुनाया है जिसने जट नूं हुण रोल लई सड़कां उत्ते बहाया है इन्हां तिन कानूनां ने जट नूं मालक तों दिहाड़ीदार बना देना की करूं किसान बेचारा सामने अडानी अबानी दे कंट्रैक्ट नूं लालच बस होके आपे गहने कर दू जायदाद ते ट्रैक्टर नूं जमीना दे मालक बनाया सी सानू जमीना दे मालक बनाया सी सानू बंदा बहादुर ने दे के कुरबानी हुण उन्हां दी ना उह जिमीदारा सिस्टम खत्म करिया सीगा अपने बंदा बहादुर ने हुण मोदी ने छड्डणी नहीं साडी जमीना दी निशानी सुनो वीरो भैणो ते भरावो इकट्ठे होके बन जाओ काले कानूना मूहरे कंध ताके लागू होण तो पहला ही हो जान बंद ताके लागू होण तो पहला ही हो जान बंद धन्नवाद जी बहुत बहुत भैन जी सरजीत कौर धारीवाल जिहड़ी साडी एग्जैक्टिव बॉडी दे वाइस प्रेजिडेंट भी आ ते समें समें ते सानू हर पासे आ भी जिस तरह शामा सेंटर है इन्हां दी मदद दे नाल सानू मिलिया क्योंकि अजकल कोई भी पहले तो अपने सीनियर सैकटरी जिहड़ी आ वह भी बंद सी असीं पता कीता सी कि प्रोग्राम करना ते इन्हां दा बहुत बहुत धन्नवाद असीं टाइम टू टाइम जिहड़ा आ उह नखेती पते पाउंदे रहिंदे आ कि जिस तरह पिछले असैंबली दे दौरान ओह पी सोनी जिहड़ा आ उन्हें सरकारी स्कूलों की बड़ी बेइज्जती की इसी तरह भारत भूषण संतोष जिसने लुधियाणा की डीओ जी किसी वजह कर खरे ट्रैफिक की वजह करके ज किस कारण थोड़ी जी लेट हो गई उसके प्रोग्राम के उन्हें बड़ी भैड़ी टैंपर लूज कर गया उस शब्दावली बोली असी खेती की इसी तरह गुरदास मान जो इतने एक्सपोर्ट आया सी उन्हें किस तरह के लफ्ज जां पंजाबी भाषा प्रति अपना रुख दिखाया सी असी उहदी निखेती कीती असी इसी तरह सिद्धू मूसेवाल की भी निखेती कीती कि जिहड़े कल्चर नूं बिगाड़ रहे आ कि सभ्यक जिहड़े गीत आ सानूं उह पेश करने चाहीदे आ इसी तरह असी एक हंके कहानीकार दलीप कौर टवाणा ते उगे नावलकार जसवंत सिंह कंवल जिन्हां नूं तकरीबन हर कोई जाणदा असी उहनां ते शोक मते पाए आ अफसोस जाहर कीता आ इस तरह जो भी सरगर्मियां हिंदुस्तान दे विच इत्थे जां दुनिया दे वापरदियां उहदे ते असी इक निगाह रखदे आ तां कि उहनां दे असी साथी बन सकीए हुण मैं साडी एग्जैक्टिव बॉडी दे ट्रेजर कैशियर सरदार सुखदेव सिंह बैनीपाल जिहड़े कि पंजाब दे विच एज़ ए हैडमास्टर रिटायर होए आ ਤੇ ਇੱਥੇ ਕਾਫੀ ਚਿਰ ਤੋਂ ਸੇਵਾਵਾਂ ਦਿੰਦੇ ਆ ਸਿੰਘ ਸਭਾ ਗੁਰੂ ਘਰ ਦੇ ਵਿੱਚ ਐਜ ਸੈਕਟਰੀ ਸੇਵਾਵਾਂ ਦਿੰਦੇ ਆ ਉਹ ਹੁਣ ਸਰਦਾਰ ਪਾਲ ਸਿੰਘ ਪੁਰੇਵਾਲ ਦੀ ਲਾਈਫ ਨੂੰ ਇੰਟਰੋਡਿਊਸ ਕਰਨਗੇ ਬੈਨੀਪਾਲ ਸਾਹਿਬ ਓਵਰਸੀਜ ਟੀਚਰ ਐਸੋਸੀਏਸ਼ਨ ਰਵਾਂਟਾ ਦੇ ਬੇਨਤੀ ਪ੍ਰਵਾਨ ਕਰਦੇ ਹੋਏ ਅੱਜ ਦੇ ਸਾਡੇ ਮੁੱਖ ਮਹਿਮਾਨ ਪ੍ਰਵਾਨ ਸਾਹਿਬ ਕੌਂਸਲਰ ਮੋਹ ਗੰਗਾ ਜੀ ਐਮ ਐਲ ਏ ਸਰਦਾਰ ਜਸਵੀਰ ਸਿੰਘ ਜੀ ਦਿਓਲ ਸਮੂਹ ਅਧਿਆਪਕ ਸਾਹਿਬਾਨ ਅਤੇ ਮੀਡੀਆ ਸਾਥੀ ਸਾਰਿਆਂ ਦਾ ਇੱਥੇ ਆਉਣ 'ਤੇ ਸਵਾਗਤ ਕੀਤਾ ਜਾਂਦਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ
कि हर कौम का अपना एक कैलेंडर होंगे, अपनी सिख कौम का कोई कैलेंडर नहीं सी। इन्हां गल्लां नूं मुख रखते हुए सरदार पाल सिंह जी पुरेवाल इन्होंने बहुत कड़ी मेहनत नाल नानकशाही कैलेंडर तैयार किया और कौम नूं एक तोहफा दिता। वो लागू होया ना होया एक वक्खरा विशा, पर इन्हां दी मेहनत उस बारे बहुत ज़्यादा आप दे लैक्चर विच उहदे बारे ये भी दसणगे। एक बारी मैं इन्हां दा लैक्चर गुरद्वारा रामगढ़िया विच सुनिया भी सी, जे उहदे बारे इन्हां ने कैलेंडर बारे गल करनी होवे तां शायद सारा दिन ही लग जू। इन्हां ने इन्नियां बुक्स पढ़िया, इन्नी स्टडी की तारा विज्ञान बारे, फिर वो कैलेंडर तैयार होया। तो अज इन्हें साड़ी बेनती प्रवान की, असं इन्हों पॉलर कर रहे हैं, इन्हों जीवन बारे कुछ गल् ने जो थोड़े तो नाझिया करते हैं। इन्हों का जन्म 3 नवंबर 1932 बेलगा पिंड तहसील फलौर जिला जलंधर होया। बेलगा पिंड आपको पता कि स्वतंत्रता सेनानी सरदार भगत सिंह जी बेलगा उस पिंड इन्हों नानका पिंड इन्हों पटावल विलेज शंकर तहसील नकोदर जिला जलंधर जिथे वेल नोन परसनैलिटी हुए सरदार सवर्ण सिंह जी, फॉरन मिनिस्टर रहे ने बहुत चिर पंडित जवाहर लाल नहरू की कैबिनेट में। एक गल उन्होंने बारे याद आ गई, 1965 जदों पाकिस्तान नाल अपना क्लैश होया उदों UNO दे विच भुट्टो पाकिस्तान का फॉरन मिनिस्टर उन्हें बहुत आगू बोली, बहुत बहुत बोलिया इंडिया के विरुद्ध। ये सरदार सवर्ण सिंह जी इंडिया नूं रिप्रजेंट कर रहे थे एज फॉरन मिनिस्टर, ये नहीं बोले। पिछों जो सैशन खत्म होया जो इन्हां दे डेलीगेट्स नाल सीगे उन्हां नूं फ्रांस के UK के सारे पुछदे ने जिहड़े साडे फॉरन मिनिस्टर ने उन्हां दे सिर विच बर्फ रखी हुई सी, इन्ना उन्हां दा ठंडा मता सरदार सवर्ण सिंह बारे गल उदों काफ़ी मशहूर हुई सी। पाल सिंह जी पुरेवाल ने 10 मई 1948 शंकर तो की BSc DAV कॉलेज जलंधर और BT जाट कॉलेज रोहतक तो 1956 विच पास की। 1953 तो 1956 तक एज अनट्रेन्ड साइंस मास्टर इन्होंने शंकर पिंड पढ़ाया। उस वक्त ट्रेन टीचर घट मिलते साइंस वाले, ईवन 70-75 तक भी ट्रेन टीचर घट मिलते, अनट्रेन टीचर भी स्कूलों के जॉब करते। 1956 तो 1961 रेगुलर साइंस मास्टर तौर पर इन्होंने सेवावां दित्तियां। गौरमेंट हाई स्कूल गौरमेंट हायर सेकेंडरी स्कूल फलौर 1961 तो 1964, गौरमेंट हाई स्कूल शंकर 1964 तो 66, 1965 प्रेजिडेंट रहे साइंस मास्टर एसोसिएशन डिस्ट्रिक्ट जलंधर। इन्होंने 10वीं तक इंग्लिश मैथ एग्रीकल्चर साइंस के विषय पढ़ाए, कमिस्ट्री ते बायोलॉजी 10वीं ते 12वीं क्लासा नू विषय पढ़ाए, एजुकेशन साइकोलॉजी JVT क्लासा नू पढ़ाए जिहड़ी कि गौरमेंट हाई स्कूल शंकर विच JVT क्लास चल रही है। इन्हां दा जिहड़ा स्पैशल इंटरस्ट वो तारा विज्ञान बल सी, एस्ट्रोनॉमी बल सी इन्हां दा। एक दिन यह स्टूडेंटां नू रात नू 7 बजे के कंढे ले जा के इन्होंने तारे दियाँ जो जिवें आपां सारे पुराने बंदे आ खित्तियां ने कोई तेले ने कोई मंजी आ इस तरह होंदियां ने, वो इन्होंने टैलीस्कोप राहीं
ਸਾਰੀਆਂ ਉਹਨਾਂ ਨੂੰ ਰਾਤ ਨੂੰ 7 ਵਜੇ ਘੰਟੇ 'ਤੇ ਜਾ ਕੇ ਉਹ ਦਿਖਾਈਏ ਇਹਨਾਂ ਦੇ ਸਟੂਡੈਂਟ ਨੂੰ। ਅੱਜ ਕੱਲ੍ਹ ਤਾਂ ਹੁਣ ਅੰਦਰ ਪੈਂਦੇ ਜਦੋਂ ਆਪਾਂ ਛੋਟੇ ਸੀ ਆਪਾਂ ਕੋਠਿਆਂ 'ਤੇ ਪੈਂਦੇ ਸੀ ਤਾਰਿਆਂ ਬਾਰੇ ਸਾਰਿਆਂ ਨੂੰ ਗਿਆਨ ਦਿੰਦਾ। ਉਸ ਤੋਂ ਬਾਅਦ ਇਹਨਾਂ ਨੇ ਬੁੱਕਸ ਲਿਖੀਆਂ, ਬੁੱਕਸ ਕਿਹੜੀਆਂ ਕਿਹੜੀਆਂ ਲਿਖੀਆਂ ਉਹਦੇ ਬਾਰੇ ਇਹ ਦੱਸਣਗੇ ਸਾਰਾ ਕੁਛ। ਟੈਕਨੀਸ਼ੀਅਨ ਦੇ ਤੌਰ ਤੇ ਇਹਨਾਂ ਨੇ ਜੋਬ ਕੀਤੀ ਤੇ ਉਸ ਤੋਂ ਪਿੱਛੋਂ ਜੂਨੀਅਰ ਇੰਜੀਨੀਅਰ ਇੰਜੀਨੀਅਰ ਅਤੇ ਫਾਈਨਲੀ ਸੀਨੀਅਰ ਇੰਜੀਨੀਅਰ ਦੇ ਤੌਰ ਤੇ ਉੱਥੇ ਇਹਨਾਂ ਨੇ ਕਨੇਡਾ ਦੇ ਵਿੱਚ ਜੋਬ ਕੀਤੀ 1974 ਵਿੱਚ। ਇੱਕ ਪ੍ਰੋਜੈਕਟ ਇਹਨਾਂ ਨੂੰ ਐਲ ਸਲਵਾਡੋਰ ਵਿੱਚ ਟੈਕਸਸ ਇੰਸਟਰੂਮੈਂਟਸ ਦਾ 6 ਵੀਕਸ ਲਈ ਇਹਨਾਂ ਨੇ ਉਹਦੇ 'ਤੇ ਕੰਮ ਕੀਤਾ ਅਤੇ ਉੱਥੋਂ ਜਦੋਂ ਵਾਪਸ ਆਏ ਤਾਂ ਇਹਨਾਂ ਨੇ ਉਸ ਕੰਮ ਨੂੰ ਦੇਖਦੇ ਹੋਏ ਇਹਨਾਂ ਦੀ ਸੈਲਰੀ ਦੇ ਵਿੱਚ ਉਹਨਾਂ ਨੇ ਸਪੈਸ਼ਲ ਵਾਧਾ ਕੀਤਾ। 1974 ਵਿਕਟਰ ਕੰਪਟੋਮੀਟਰ ਜੈਸਪਰ ਐਵੀ ਐਵੀਨੋ ਐਡਵੈਂਟਰ ਅੱਜ ਕੱਲ੍ਹ ਇਹ ਕੰਪਨੀ ਨਹੀਂ ਕੰਮ ਕਰਦੀ, ਉੱਥੇ ਇਹਨਾਂ ਨੇ ਜੋਬ ਕੀਤੀ। 1974 ਵਿੱਚ ਔਰ ਬੈਟਫੀਲਡ ਲਿਮਿਟਡ ਐਡਵੈਂਟਰ ਕੰਪਿਊਟਰ ਓਪਰੇਟਰ ਐਂਡ ਵੇਨਰ 3 ਮੰਥਸ ਕੰਪਿਊਟਰ ਪ੍ਰੋਗਰਾਮਰ ਦੇ ਤੌਰ 'ਤੇ ਇਹਨਾਂ ਦੀ ਪ੍ਰਮੋਸ਼ਨ ਹੋ ਗਈ। 1979 ਤੋਂ 86 ਮਿਰਰ ਆਫਸ ਗਰੁੱਪ ਐਡਵੈਂਟਨ ਜੁਆਇੰਡ ਐਜ ਸੁਪਰਵਾਈਜ਼ਰ ਡਾਟਾ ਪ੍ਰੋਸੈਸਿੰਗ ਡਿਪਾਰਟਮੈਂਟ ਐਂਡ ਐਨ ਕਪਲ ਆਫ ਈਅਰ ਵਾਜ ਪ੍ਰਮੋਟਡ ਟੂ ਦੀ ਪੋਜੀਸ਼ਨ ਆਫ ਮੈਨੇਜਰ ਐਂਡ ਮੈਂਬਰ ਆਫ ਬੋਰਡ ਆਫ ਡਾਇਰੈਕਟਰ ਐਂਡ ਏ ਸ਼ੇਅਰ ਹੋਲਡਰ ਇਹ ਬਣੇ ਉੱਥੇ। ਖੇਡਾਂ ਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ, ਖੇਡਾਂ ਦੇ ਵਿੱਚ ਉਹਦੇ ਬਾਰੇ ਆਪਾਂ ਨੂੰ ਬਹੁਤ ਘੱਟ ਪਤਾ ਕਿਉਂਕਿ ਆਪਾਂ ਨੂੰ ਬਹੁਤਾ ਇਹਨਾਂ ਦੇ ਨਾਨਕਸ਼ਾਹੀ ਕੈਲੰਡਰ ਬਾਰੇ ਪਤਾ। 1951 ਦੇ ਵਿੱਚ ਪੰਜਾਬ ਯੂਨੀਵਰਸਿਟੀ ਬਾਸਕਟਬਾਲ ਦੇ ਮੈਂਬਰ ਸੀ, ਉਦੋਂ ਬਹੁਤ ਵੱਡੀ ਸੀ ਯੂਨੀਵਰਸਿਟੀ ਇਹ। ਅਤੇ 1952-53 ਵਿੱਚ ਪੰਜਾਬ ਬਾਸਕਟਬਾਲ ਟੀਮ ਦੇ ਮੈਂਬਰ ਰਹੇ। 1953 ਦੇ ਵਿੱਚ ਜਿਹੜੀ ਪੰਜਾਬ ਦੀ ਟੀਮ ਪਾਕਿਸਤਾਨ ਗਈ ਉਹਦੇ ਮੈਂਬਰ ਸੀ। ਪੰਜਾਬ ਚੈੱਸ ਟੀਮ 1961 ਨੈਸ਼ਨਲ ਚੈਂਪੀਅਨਸ਼ਿਪ ਹੈਦਰਾਬਾਦ ਵਿੱਚ ਹੋਈ, ਉੱਥੇ ਇਹ ਉਸ ਟੀਮ ਦੇ ਮੈਂਬਰ ਸੀ। ਕੰਟਰੀ ਚੈੱਸ ਟੀਮ ਇਨ UK ਐਟ ਬੈਡਫੋਰਡ ਸ਼ਾਇਰ ਉਹਨਾਂ ਦੇ ਮੈਂਬਰ ਨੇ। ਜਿਹੜੀਆਂ ਹੁਣ ਇਹਨਾਂ ਨੇ ਇੱਥੇ ਐਡਵੈਂਟਰ ਦੇ ਵਿੱਚ ਜੋ ਜਿੱਥੇ ਜਿੱਥੇ ਵੀ ਇਹਨਾਂ ਨੇ ਕੰਮ ਕੀਤਾ। 1983-84 ਵਿੱਚ ਸਿੱਖ ਸੋਸਾਇਟੀ ਆਫ ਅਲਬਰਟਾ ਦੇ ਪ੍ਰੈਜੀਡੈਂਟ ਬਣੇ। ਪੰਜਾਬੀ ਕਲਚਰ ਐਸੋਸੀਏਸ਼ਨ ਐਂਡ ਇਹਦੇ ਇਹ ਫਾਊਂਡਰ ਮੈਂਬਰ ਨੇ ਅਤੇ ਸੈਕਟਰੀ ਵੀ ਰਹੇ। ਫਾਊਂਡਰ ਮੈਂਬਰ ਆਫ ਸਹਾਰਾ ਆਰਗੇਨਾਈਜੇਸ਼ਨ ਐਂਡ ਫਾਊਂਡਰ ਮੈਂਬਰ ਆਫ ਦੀ ਵਰਲਡ ਪਾਸਟ ਪ੍ਰੈਜੀਡੈਂਟ ਮੈਰੋਡ ਕਲਚਰ ਸੋਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਫਾਰ 2 ਈਅਰ 2 ਸਾਲ ਸੋਸਾਇਟੀ ਐਜ ਪ੍ਰੈਜੀਡੈਂਟ ਇਹਨਾਂ ਨੇ ਕੰਮ ਕੀਤਾ। ਔਰ ਜੋ ਆਪਣੇ ਵਿਸਾਖੀ ਨਗਰੀ ਕੀਰਤਨ ਹੁੰਦਾ ਸਾਰਾ ਇੱਥੇ ਆਪਣੇ ਐਡਵੈਂਟਾਂ ਦੇ ਵਿੱਚ, ਉਸ ਕਮੇਟੀ ਦੇ ਇਹ 6 ਵਾਰੀ ਪ੍ਰੈਜੀਡੈਂਟ ਦੇ ਰਹੇ, ਚੇਅਰਮੈਨ ਨੇ ਕੰਮ ਕੀਤਾ। ਅੱਜ ਵੀ ਇਹ ਹੁਣ ਉਮਰ ਦੇ ਲਿਹਾਜ਼ ਨਾਲ ਥੋੜ੍ਹਾ ਇਹਨਾਂ ਦੇ ਕੰਮ ਘੱਟ ਹੁੰਦਾ, ਪਰ ਓਨਰ ਦੇ ਤੌਰ 'ਤੇ ਇਹਨਾਂ ਨੂੰ ਹੁਣ ਵੀ ਉਸ ਕਮੇਟੀ ਦੇ ਵਿੱਚ ਰੱਖਿਆ ਹੋਇਆ। ਸਰਕਾਰ ਦੇ ਤੌਰ 'ਤੇ ਮੀਟਿੰਗ ਅਟੈਂਡ ਕਰਦੇ ਨੇ, ਆਪ ਦੀ ਸਲਾਹ ਦਿੰਦੇ ਨੇ ਸਾਰੇ ਮੈਂਬਰਾਂ ਵੱਲੋਂ। 3 ਜਿਹੜੇ ਗੁਰੂ ਘਰ ਨੇ ਉਹਨਾਂ ਦੀ ਸਾਂਝੀ ਕਮੇਟੀ ਆ, ਇਹ ਉਹਦੇ ਚੇਅਰਮੈਨ ਰਹੇ ਨੇ ਔਰ ਅੱਜ ਵੀ ਇਹ ਉਸ ਉਹ ਮੀਟਿੰਗ ਅਟੈਂਡ ਕਰਦੇ ਨੇ। ਅਤੇ 67 ਈਅਰ ਦੇ ਵਿੱਚ ਇਹਨਾਂ ਦਾ ਗੁਰਜੀਤ ਕੌਰ ਜੀ ਪੁਰੇਵਾਲ ਨਾਲ ਉਹਨਾਂ ਨਾਲ ਇਹਨਾਂ ਦੀ ਮੈਰਿਜ ਹੋਈ। 67 ਈਅਰ ਹੋ ਗਏ ਇਹਨਾਂ ਦੀ ਮੈਰਿਜ ਹੋਈ ਨੂੰ, ਬਹੁਤ ਲੰਬਾ ਸਮਾਂ ਹੋ ਗਿਆ।
ਇਹਨਾਂ ਦੇ ਦੇਖੋ ਜਿੱਥੇ ਆਪ ਇਹਨਾਂ ਨੇ ਐਡੀ ਕੁਆਲੀਫਿਕੇਸ਼ਨ ਗੇਟ ਕੀਤੀ, ਆਪਣੀ ਫੈਮਿਲੀ ਮੈਂਬਰ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਇਹਨਾਂ ਨੇ ਬਹੁਤ ਐਜੂਕੇਸ਼ਨ ਦਿੱਤੀ। ਇਹਨਾਂ ਦੇ ਵੱਡੇ ਬੇਟੇ ਡਾਕਟਰ ਸਤਿੰਦਰ ਸਿੰਘ ਪੁਰੇਵਾਲ PhD ਨੇ ਇੰਪੀਰੀਅਲ ਕਾਲਜ ਲੰਡਨ ਤੋਂ, ਅਤੇ ਉਹ ਮੈਂਬਰ ਨੇ UN ਐਨਰਜੀ ਕਮੇਟੀ ਐਂਡ ਚੇਅਰਮੈਨ ਆਫ ਦਰ ਪੈਟਰੋਲੀਅਮ ਵਰਕਿੰਗ ਗਰੁੱਪ ਫਾਰ ਯੂਰਪ ਐਂਡ ਵਿਜ਼ਿਟਿੰਗ ਪ੍ਰੋਫੈਸਰ ਐਟ ਇੰਪੀਰੀਅਲ ਕਾਲਜ ਲੰਡਨ UK। ਦੂਸਰੇ ਹਰਿੰਦਰ ਸਿੰਘ ਪੁਰੇਵਾਲ BSc ਫਿਜਿਕਸ ਐਂਡ ਆਨਰਸ ਸੀ ਐਂਡ ਐਨਾਲਿਸਟ ਸੀਨੀਅਰ ਸਿਸਟਮ ਐਨਾਲਿਸਟ ਨਿਊਯਾਰਕ ਦੇ ਵਿੱਚ ਕੰਮ ਕਰ ਰਹੇ ਨੇ, ਅਤੇ ਇਹਨਾਂ ਦੇ ਬੇਟੀ ਵਰਿੰਦਰ ਡੈਲਹੋਨ ਅਤੇ ਇਹਨਾਂ ਦੇ ਜੁਆਈ ਕੁਲਦੀਪ ਸਿੰਘ ਦੋਨੇ ਯੂਨੀਵਰਸਿਟੀ ਆਫ ਅਲਬਰਟਾ ਤੋਂ ਗ੍ਰੈਜੂਏਟ ਨੇ ਅਤੇ ਰੀਅਲ ਸਟੇਟ ਦਾ ਬਿਜ਼ਨਸ ਕਰ ਰਹੇ ਨੇ, ਅਤੇ ਗ੍ਰੈਂਡ ਡੌਟਰ ਸੋਨੀਆ ਆਟੋਮੇਟਿਸਟ ਨੇ ਅਤੇ ਉਹਨਾਂ ਦੇ ਹਸਬੈਂਡ ਐਨਸਥੀਸੀਐਸਟ ਨੇ, ਅਤੇ ਗ੍ਰੇਟ ਗ੍ਰੈਂਡ ਸਨ ਸ਼ੇਰ ਐਂਡ ਗ੍ਰੈਂਡ ਸਨ ਪੌਲ ਡੈਲਹਨ ਐਂਡ ਉਹਨਾਂ ਦੇ ਵਾਈਫ ਦੋਨੇ ਡੈਂਟਿਸਟ ਨੇ। ਗ੍ਰੈਂਡ ਸਨ ਆਫ ਜਸਟਨ ਡੈਲਹਨ ਵਰਕਸ ਫਾਰ ਦੀ ਫੈਮਿਲੀ ਬਿਜ਼ਨਸ ਅਤੇ ਹਿਜ ਵਾਈਫ ਨਵਪ੍ਰੀਤ ਹੈਜ ਗੌਰਮੈਂਟ ਜੋਬ ਕਰ ਰਹੇ ਨੇ। ਇੱਕ ਇਹਨਾਂ ਦੇ ਇਹ ਤਾਂ ਸੀ ਇਹਨਾਂ ਦੀ ਜੀਵਨੀ ਬਾਰੇ, ਜੋ ਰਹਿ ਗਿਆ ਉਹ ਇਹ ਦੱਸਣਗੇ। ਇੱਕ ਇਹਨਾਂ ਦੇ ਸਟੂਡੈਂਟ ਨੇ ਹਰਭਜਨ ਸਿੰਘ ਪੁਰੇਵਾਲ, ਇਹਨਾਂ ਦੇ ਪਿੰਡ ਤੋਂ ਹੀ ਨੇ ਉਹ, ਇਹਨਾਂ ਦੇ ਕੋਲ ਪੜ੍ਹੇ ਨੇ ਉਹ, ਅਤੇ ਅੱਜ ਕੱਲ੍ਹ ਉਹ ਅਮੈਰੀਕਾ 'ਚ ਰਹਿ ਰਹੇ ਨੇ। ਉੱਥੇ ਇੱਕ ਵਾਰੀ ਰੋਚੈਸਟਰ ਰਹਿੰਦੇ ਨੇ, ਮੈਨੂੰ ਮਿਲੇ ਵੀ ਸੀ ਉਹਨਾਂ ਨੇ, ਉਦੋਂ ਜ਼ਿਕਰ ਕੀਤਾ ਸੀ ਇਹਨਾਂ, ਅਤੇ ਉਹ ਉੱਥੋਂ ਰਿਟਾਇਰ ਹੋਏ ਨੇ US ਤੋਂ ਜੀਰੋਕਸ ਕਾਰਪੋਰੇਸ਼ਨ ਐਜ ਇੰਜੀਨੀਅਰ ਐਂਡ ਇੰਜੀਨੀਅਰਿੰਗ ਮੈਨੇਜਰ, ਉਹਦੇ ਤੌਰ 'ਤੇ ਉਹ ਉੱਥੋਂ ਰਿਟਾਇਰ ਹੋਏ ਨੇ। ਉਹ ਇਹਨਾਂ ਦੇ ਸਟੂਡੈਂਟ ਰਹੇ ਨੇ, ਉਹਨਾਂ ਨੇ ਕੁਝ ਉਹਨਾਂ ਬਾਰੇ ਈਮੇਲ ਭੇਜੀ ਸੀ। ਉਹ ਕਹਿੰਦੇ ਵੀ 2 ਸਾਲ ਇਹਨਾਂ ਨੇ ਸਾਨੂੰ ਐ ਸਾਇੰਸ ਮਾਸਟਰ ਸਕੂਲ ਦੇ ਵਿੱਚ ਪੜ੍ਹਾਇਆ। ਉਹਨੇ ਇੱਕ ਗੱਲ ਲਿਖੀ ਹੈ, ਕਹਿੰਦੇ ਕੋਈ ਪੈਸੇ ਖਾਤੇ 'ਤੇ ਇਹਨਾਂ ਨੇ ਜੋਬ ਨਹੀਂ ਕੀਤੀ, ਵੈਲ ਟੂ ਡੂ ਫੈਮਿਲੀ ਨਾਲ ਸੰਬੰਧ ਰੱਖਦੇ ਸੀ। ਜੋ ਕਦਰਾਂ ਕੀਮਤਾਂ ਉਸ ਵੇਲੇ ਜਵਾਨੀ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਸਾਨੂੰ ਇਹਨਾਂ ਨੇ ਦਿੱਤੀਆਂ, ਉਹ ਗੱਲਾਂ ਸਾਡੀਆਂ ਸਾਰੀ ਉਮਰ ਉਹ ਕਹਿੰਦੇ ਉਹਨਾਂ ਨੇ ਸਾਨੂੰ ਫਾਇਦਾ ਪਹੁੰਚਾਇਆ, ਸਾਡੇ ਵਧੀਆ ਜੀਵਨ ਉਹ ਉਹਨਾਂ ਨੇ ਇਹਨਾਂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਬਤੀਤ ਕੀਤਾ। ਇੱਕ ਜਿਹੜੀ ਉਹਨਾਂ ਨੇ ਗੱਲ ਲਿਖੀ ਇਹਨਾਂ ਦੀ ਸਿੰਪਲੀਸਿਟੀ ਬਾਰੇ, ਕਹਿੰਦੇ ਇੱਕ ਵਾਰੀ ਟੋਰਾਂਟੋ ਗਏ, ਟੋਰਾਂਟੋ ਜਦੋਂ ਏਅਰਪੋਰਟ ਤੋਂ ਉੱਤਰੇ ਉਹ ਹਰਭਜਨ ਸਿੰਘ ਇਹਨੂੰ ਲੈਣ ਆਏ ਤਾਂ ਉਹਨਾਂ ਨੇ ਕਿਹਾ ਵੀ ਚੱਲ ਕਿਸੇ ਵਧੀਆ ਰੈਸਟੋਰੈਂਟ ਦੇ ਵਿੱਚ ਇਹਨਾਂ ਨੂੰ ਹੋਟਲ ਦੇ ਵਿੱਚ ਡਿਨਰ ਜਾਂ ਮਤਲਬ ਲੰਚ ਕਰਾਵਾਂਗੇ। ਸੋਵੇ ਅਨੁਸਾਰ ਜਦੋਂ ਇਹ ਉੱਤਰੇ ਇਹਨਾਂ ਨੂੰ ਕਿਹਾ ਵੀ ਆਪਾਂ ਇਸ ਰੈਸਟੋਰੈਂਟ ਚੱਲਦੇ ਹਾਂ, ਇਹ ਕਹਿੰਦੇ ਨਹੀਂ, ਕਹਿੰਦੇ ਮੇਰੇ ਕੋਲ ਪਰੌਂਠੇ ਸਬਜ਼ੀ ਅਤੇ ਪਰੌਂਠੇ ਹੈਗੇ ਨੇ, ਮੈਂ ਐਡਮਿੰਟ ਤੋਂ ਨਾਲ ਲਿਆਇਆ ਉਹ ਮੈਂ ਉਹੀ ਖਾਣੇ ਨੇ। ਉਹ ਕਹਿੰਦੇ ਅਸੀਂ ਕਾਰ ਸਾਈਡ 'ਤੇ ਲਾ ਕੇ ਦੋਨਾਂ ਜਣਿਆਂ ਨੇ ਉਹੀ ਖਾਧੀ, ਚਾਹ ਪੀਤੀ ਅਤੇ ਘਰ ਆ ਗਏ। ਇੰਨੀ ਦੇਖੋ ਸਿੰਪਲੀਸਿਟੀ ਇਹਨਾਂ ਦੇ ਵਿੱਚ, ਅਤੇ ਇਮਾਨਦਾਰੀ ਓਨੈਸਟੀ ਬਾਰੇ ਉਹਨਾਂ ਨੇ ਜਿਹੜੀ ਗੱਲ ਲਿਖੀ ਆ। ਲਾਸਟ ਨਵੰਬਰ ਵਿੱਚ ਉਹ ਇੰਡੀਆ ਗਏ, ਉੱਥੇ ਇਹਨਾਂ ਦਾ ਬੇਟਾ ਹਰਿੰਦਰ ਉਹਦੇ ਨਾਲ ਗੱਲ ਕੀਤੀ ਬਈ ਤੁਹਾਡੇ ਪਾਪਾ ਬਹੁਤ ਓਨੈਸਟ ਨੇ। ਉਹ ਇਹਨਾਂ ਦੇ ਬੱਚਾ ਕਹਿੰਦਾ ਹਰਿੰਦਰ ਸਿੰਘ ਭੇ ਇਹਨਾਂ ਦਾ ਬੇਟਾ ਕਹਿੰਦਾ ਓਨੈਸਟ ਤਾਂ ਇਹਦੇ ਨੇ ਵੀ ਜੋ ਸਾਨੂੰ ਜ਼ਮੀਨ ਤੋਂ ਹਾਲਾ ਮਿਲਦਾ, ਹਾਲਾ ਕਿਤੇ ਚਗੋਤਾ ਕਹਿੰਦੇ ਨੇ, ਕਿਤੇ ਮਾਮਲਾ ਕਹਿੰਦੇ ਨੇ, ਹੈ ਨਾ ਇੱਧਰ ਸ਼ਾਇਦ ਹਾਲਾ ਕਹਿੰਦੇ ਹੋਣ, ਬਈ ਉਹ ਵੀ ਇਹ ਇੱਥੇ ਇਨਕਮ ਦੇ ਵਿੱਚ ਪਾ ਕੇ ਜੋ ਟੈਕਸ ਬਣਦਾ ਕੈਨੇਡੀਅਨ ਗੌਰਮੈਂਟ ਦਾ ਉਹ ਪੇ ਕਰਦੇ ਨੇ, ਕੋਈ ਨਹੀਂ ਕਰਦਾ ਇਹ ਗੱਲ। ਇਹ ਉਹਨਾਂ ਦੇ ਇਹਨਾਂ ਦੀ ਓਨੈਸਟੀ ਬਾਰੇ ਇਹਨਾਂ ਦੇ ਬੇਟੇ ਦੇ ਇਹ ਸ਼ਬਦ ਨੇ। ਇਹਦੀਆਂ ਜਾਣਕਾਰੀ ਨਾਲ ਸਾਰਿਆਂ ਦਾ ਇੱਕ ਵਾਰੀ ਫਿਰ ਧੰਨਵਾਦ। ਸਾਡੇ ਸਾਰਿਆਂ ਵੱਲੋਂ ਇਹੀ ਅਰਦਾਸ ਹੈ, ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੇ, ਵਧੀਆ ਤੰਦਰੁਸਤ ਜੀਵਨ ਬਖਸ਼ੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਬੈਨੀਪਾਲ ਸਾਹਿਬ ਦਾ, ਜਿਹਨਾਂ ਨੇ ਇਹਨਾਂ ਦੀ ਜੀਵਨ ਨੂੰ ਇੰਟਰੋਡਿਊਸ ਕੀਤਾ। ਅਤੇ ਮੈਂ ਸਾਰੇ ਹਾਜ਼ਰੀਨ ਸਾਹਿਬਾਨ ਤੋਂ ਕਮਾ ਮੰਗਦਾ ਕਿ ਇਸ ਸਾਲ ਅਸੀਂ
रिफ्रेशमेंट का कोड करके प्रबंध नहीं कर सके, पानी लिया पिछले बोतल पे ना लोड वास्ते वो यूज कर सकता, ये फिर दोबारा असं खेवा चाहते हैं। तो असं अरदास करते हैं परमात्मा अगे कि जगत जलंधे जल्दी जल जल्दी जो जल रहा है वह ठीक कर, अपने मुड़े जो कारोबार वा उसी तरह करते रहिए, असं अपनी वलंटरी जॉबा उसी तरह करते रहिए। मेरा पिंड रुड़का कला मेरे दास के पिंड तो उपर साहब तक पिंड तकरीबन 20 किलोमीटर वाला, तो मैं उन्होंने दसदा सी भी मैं समराइज जड़े उदों टीचिंग ट्रेनिंग कर रहा है, तो इन्हों डी पी साहब से साधु सिंह असी, फिर मैं सौकर की टीम उत्ते बनाई थी, तो वो असी इन खेड के आए हैं। ये 78 की गल है, 1978 की, तो काफ़ी इन्हों का नगर जोड़ा है नगर की जी छिंज वा खास करके लेडिया का जो रात का प्रोग्राम वो पंजाब के अज भी उस तरह गूंज रहा है। तो हूँ मैं बेनती करूँगा जेडे जेडे अपने इन्हों ऑनर करना है, तो इन्होंने एक सराव पाओ दिता जाऊगा, सर्टिफिकेट दिता जाए, मोमेंटम दिता जाऊ, जो ज्यादा मैं ना लव वो इस स्टेज पर इन्हों आए तो सन्मानित करे। सराव पाओ हूँ असी देन की आरंभता कर रहे हैं। सरदा ये बलदेव सिंह परमार वो अज आए ने, दूसरे भैन जी सरजीत कौर आ जा, भैन जी सुखविंदर कौर मिली आ जा, सरदार सुखदेव सिंह बैनीपाल साढ़े कैशियर साहब वो आ जा, जसवीर सिंह खरमी एम एल ए साहब के कंसल्टेंट सॉरी मोह बंगा साहब काउंसलर वा वो भी आएंगे। बोरे सोनिया अजय इतने वेली प्रयोग था बने, बाकी चलो तुसी बाकी हुण इस तो बाद सर्टिफिकेट जिन्होंने देना है उहदे विच प्रिंसीपल अमरजीत सिंह संधू जिहड़े भकना पिंड तो आ, जिहड़े सोहण सिंह भकना की गूंज दे विच जम्मे बड़े आ, उन्हां तो उन्होंने बहुत सारिया गल्लां मेरे नाल सांझी कर दिंदे आ। वो मनजीत सिंह धारीवाल, दर्शन सिंह जोशम, बलतेज सिंह गिल वानी आए, बहादुर सिंह मांगट, ये आओ ये सर्टिफिकेट जरा शमूलियत कर। तीसरे नंबर मोमेंटम जरा पेश किया जाऊगा सरदार जसवीर सिंह जो साडे ओवरसीज एसोसीएशन के प्रधान वा, बाई सीनियर वाइस प्रेजिडेंट सरदार रसाल सिंह मल्ली जो डीओ अमृतसर सी, इस तरह हरवंश सिंह बराड़ जिन्हां दी बहुत तगड़ी देन वा, श्रीमती सरदार मनवीर सिंह गिल ते सरजीत सिंह मराल, जिहड़ा कोई रह गया वो आ जाण, उहनां नूं कहना चाहुंदे कि इस इहदे विच शमूलियत करन। ਸਾਰੇ ਮੈਂਬਰ ਅਧਿਆਪਕ ਸਾਥੀਆਂ ਨੂੰ ਕਹਿੰਦੇ ਕਿ ਉਹ ਵੀ ਅੱਜ ਸਾਰੇ ਪਹਿਲਾਂ ਦਾ ਗਰੁੱਪ ਤੋਂ ਕਰਾ ਲਈਏ। ਆ ਲੋ ਭੈਣ ਜੀ ਤੁਸੀਂ ਇੱਧਰ ਆ ਲੋ, ਜਾ ਲੋ ਤੁਸੀਂ ਇੱਕ ਮਿੰਟ ਇੱਧਰ ਆ ਲੋ।
फोटो ला लगे समाइल दी समाइल सरदार कलवीर सिंह संघा जरनैल सिंह बसोता साउथ एशिया फोकस पंजाबी ओमनी मनजीत सिंह जेड़े के जिन्हें थोड़े दिन हो शुरू किए टीवी पंजाब हरेक साल बड़िया तगड़िया सेवावां दिंदे आ इन्होंने मम्मी जी ने आना सी पर थोड़ी सेहत ठीक नहीं जिस तरह इन्होंने डैडी सेवावां प्रदान करदे इसी तरह बॉबी साडे नाल गोडे नाल मोढा हो हो रही मैं हुण गुजारिश करूंगा सिर्फ दो मिंट लई सरदार अपने श्री जसवीर सिंह दो ते उस तो बाद मोहन सिंह महिंदर बंगा वो कौंसलर जिहड़े आ वो इन्हां दे अज दे ओवरसी टीचर एसोसीएशन दे मुद्दा करनगे उस तो बाद पाल सिंह परिवार आजा तुसीं सत श्री अकाल जी सब तो पहला मैं बहुत बहुत धन्यवाद करना ओवरसीज टीचर एसोसीएशन का टीचर एसोसीएशन बरवाड़ा मेहनत लिया ठीक है तो मैं इस गल की बहुत खुशी है कि मेरे मित्रों ने संधु साहब मेरे गुआढ़ी भी है तो बड़े पुराने मित्र भी आ जल साहब जिस दिन तो मेरे ख्याल कनेडा के नहीं प्यार कर उस दिन की मेरे नाल पछाड़िया तो बहुत ही मान करने वाला मान करने योग जो साथ है मैनीपाल साहब तुसी एसोसीएशन ही नहीं बनाई बल्कि जिहड़ा तुहाडा एक्शन या प्लैन तुसी जिहड़ा इत्थे अध्यापकां नूं साबका अध्यापकां नूं सम्मानित करन दा जिहड़ा तुहाडा कदम है मैं समझना कि बहुत ज़्यादा प्रशंसा योग है वह है कि मैं इदा समझदा बहुत कुछ संधु साहब ने कह दिता जे तुसी ये देखना हो कि समाज की हालत किदां दी आ समाज किन्ना डिवेलप है उन्नति ते आ ते तुहानू ये वेखना पवेगा कि जिहड़े उत्थे दे लोग आ उह अध्यापकां नूं किहो जिहा सन्मान दिंदे ने ते उत्थे दे अध्यापकां प्रति लोकां दा वतीरा किहो जिहा ते तुहाडी आउण वाली पीढ़ी चों किन्ने क लोग आ ਜਿਹੜੇ ਅੱਗੇ ਜਾ ਕੇ ਪੜ੍ਹ ਕੇ ਲਿਖ ਕੇ ਇਹ ਚਾਹੁੰਦੇ ਆ ਕਿ ਅਸੀਂ ਸਿੱਖਿਆ ਦੇ ਖੇਤਰ 'ਚ ਜਾ ਕੇ ਯੋਗਦਾਨ ਪਾਉਣਾ ਮੈਂ ਸਮਝਦਾ ਕਿ ਜੇ ਤੁਸੀਂ ਕਿਸੇ ਸਮਾਜ ਨੂੰ ਖੜ੍ਹ ਕੇ ਕਿਸੇ ਐਂਗਲ ਤੋਂ ਦੇਖਣਾ ਹੋਵੇ ਤਾਂ ਮੈਂ ਇੱਦਾਂ ਦੇਖਦਾ ਹੋਰ ਵੀ ਬਹੁਤ ਚੰਗਾ ਲੱਗਿਆ ਤੁਹਾਡੇ ਜਿਹੜੇ ਹੋਰ
समाज के वक् वक् भागों के जोड़े कदम है तुम जे बड़े वल्नरेबल लोग गरीब लोग जोड़े हेल्पलैस लोग है उन्होंने मदद करते हो तुम नगर कीर्तन के दौरान एक बखरी किस्म के नाल अपनी पार्टीसपेशन करते हो जिद तो लोगों को सिक्ख्या मिले उत्साह मिले पर मैं भी समझा कि जो तुम इन्ना कुछ सारा कुछ करते हो तो यह भी बहुत जरूरी है कि तुम निरपक्षता के तौर पर बिना यह सोचा इतने किड़े रंग की सरकार आ कि लोग इस पार्टी तोड़े को एम एल ए आते हैं ये बहुत ज़्यादा जरूरी है कि अभी जी सोशल सर्विसिज आ यह जो सिस्टम है ये निरपक्ष हो के हर कि को बहुत जोरदार ढंग के एडवोकेसी करिए बहुत जरूरी है। मैं इंडिया गया सर उ पत्रकार आए सन बड़ा जोर दे के पूछ लगे तुम पिंड की किया अपना पिंड योगदान सो मैं क्या पिंड के काम सांझे काम होंगे धड़िया तो उपर होंगे पार्टीबाजी तो उपर होंगे ये कि मेरा भी कोई ना कोई योगदान होगा कोई यो दिखालन के लिए नहीं क्योंकि साढ़े लिए कई बार सौखा भी हों $500 दे पच्ची हज़ार रुपया उत्तर बन जाता यह कोई दिखालन वाली गल नहीं पर मैं ये समझदा मैं राजनीति में इस पक्ष तो देखा सारी उम्र इस ढंग न जुड़िया रहा कि जे उत्तों सारा कुछ हिल गया जे नीतियां बदल गई तो थले जो कोई भी जो कंट्रीब्यूशन है किसी काम नहीं आना तो मैं एक बार फिर जो स्पैशली मैं कदम सोचा नहीं कि मैं एम एल ए बन के जिते पुरेवाल साहब का सम्मान हो रहा होना तो मैं भी उत्थे इस तरह आने का मौका मिलना मैं समझदा ये मेरे लिए बहुत ही माण वाली गल है कि पुरेवाल साहब तुसी ऑनर कर रहे हो साडे शहर के स्कॉलर ने बहुत वड्डी शख्सियत ने तो मैं इतने दो शब्द कहण का मौका मिले एक बार फिर मैं तुहाडा बहुत बहुत धन्यवाद करदा हां। थैंक यू बहुत बहुत धन्यवाद जसवीर सिंह ज्यों दा जो अपने मैडो हल्के तो एम एल ए ने एन डी पी के समय समय से अलवाटा लैजिस्लेचर के जो मसले होंगे उन्होंने बड़ी बेखूबी निभाते तो हुण मैं महिंदर सिंह बंगा जेडे अपने वार्ड बारह के काउंसलर वा ए बी सी डी के जिड़िया थोड़िया समस्या उन्होंने बड़े डट के पहरा देंगे तो कई बहुत सारिया समस्यावान उन्हें सॉल्व भी कराइया जिनी कि अपने उन्होंने योग्यता से माइक निकल जो मेलबर्न तो यह काउंसलर ये इन्हों का अपना वक्रा स्टैंड हों जोड़ा कि लोग पक्षी आ तो हूँ मैं उन्होंने बेनती करता कि वो दो शब्द अज इस दिन से पेश कर वाहेगुरु जी का खालसा वाहेगुरु लंबा हो रहा हाँ जी सारे सत श्रीकाल प्यार सत श्रीकाल गुड आफ्टरनून मेरा नाम है दर्जन बगा मैं सिटी काउंसलर हाँ मैनू बहुत ही बदली माण वाली गल है कि ओवरसीज टीचर एसोसीएशन के सदे पत्र से मैनू इतने सद्या गया फ्रॉम सिटी ऑफ एडमंटन साइड तो मैं सारे नालों ज़्यादा मैं अपने आप को भागा वाला इस करके समझदा क्योंकि जो साडे गाइडिंग लाइट आ चानण मना रहे साडी कम्यूनिटी के साडे लई सारयां लई पॉल सिंह पुरेवाल वह इत्थे आए हुए ने ते इन्हां बारे मैनू ये तो पता सीगा कि गुरद्वारा साहब बड़ी सेवा की नंदशाही कलंडर दे विच बड़ी सेवा की इंजीनियर भी सीगे तो पर अज मैनू ये भी पता लगा कि टीचर भी सीगे ते नाल होर किन्नियां एसोसीएशन दे विच इन्हां ने भाग लिया तो उन्होंने कामयाब किया तो इस मौके पर जे एक टीचर की गल मैं तुहानू दसदा कि जो टीचर का इंप्रैशन आ वह किदां साडे सारयां ते किसे ना किसे ते हुंदा मैनू ये पता मैं चौथी जमात पढ़ता सीगा ते साडे मैं साडे पिंड स्कूल ही सीगा ते साडे नाल दे पिंड बड़बाद विच स्कूल सीगा ते मेरी मम्मी उदों अपने पेकिआं नूं एक दिन चल गई किते तो साड़ी दादी ने वो दो तीन मेरी झग्गी जिहा पा के तो भेज दिता स्कूल नूं तो वह बटन किसी दे भी नहीं सीगा तो उत्थे स्कूल ते पहुँच गए उत्थे एक मास्टर जी सीगे साडे इंद्रजीत सिंह मास्टर इंद्रजीत ने बाहर नूं वो रहिंदे स्कूल दे विच ही सीगे जिहड़े कमरे दे इहदे उन्होंने जदों बाहर नूं आया तो मैनूं उठ उठ करदे नूं कमरे नूं देखिआ तां उन्होंने ये पता लग गया भी मुंडे ठंड लगती है मैनू उन्होंने अंदर सद के
नाले दे चाह का कप फड़ाया ते नाल उन्होंने मेरे ना बटन सारे लाए। उस जिहड़ी आ ओह मैनू गल हजे तक भी नहीं भुलदी क्योंकि उन्होंने अपने जिहड़ी कि उन्होंने जॉब नहीं सी उतों भी डरदा। बाकी पढ़ाना तो सिंगा टीचर ने पर इस गलों वह जी करना है मेरे सदा ही मन में बसी आ। हो भी एक दो टीचर ने जोड़े बड़े कहले जो अपना छाप छड गया साढ़े ते टीचिंग चाहे वह टीचिंग सियासत हो चाहे वह टीचिंग लोक भलाई की हो टीचिंग लोगों का चंगा बोलन की हो जी थानू जी सेध या टीचर तो ही मिलती है। तो मैं सारे ही थोड़े टीचर बहुत बहुत बधाई देना भी तुम लोगों इन्ना जरा टीच किया ते नाल सारा कुछ सिखाया कला ही नहीं बुक पढ़ाइया तो सारा जरा उन्होंने रहन बहन का ढंग भी सिखा लिया तो नाल उन्होंने चंगे नागरिक बनाने की। तो जी टीचर एसोसीएशन है ये जी कामयाबी है जो कह लो ये काम आ बहुत ही ज़्यादा नहीं तो आई वुड वांट टू रिपीट पर अगेन बहुत वधिया काम कर रही है। तो हाँ सारी तुसी इस एसोसीएशन होर भी ये मैंबर लियाओ। मैं टीचर तो कभी बनया नहीं क्योंकि मैं बन फिरदा सी जानू यूनिवर्सिटी चल गया फिर उस तो बाद चांस ही नहीं मिले पर पहला ख्याल सगा भी बीएससी बीएड कर लीए। चलो एनीवे जे असी नहीं तो टीचर भी बने असं भी थोड़े जो ही हाँ असी चाहे बच्चों अपने आप टीच कर दईए या फुटबॉल टीच कर दईए वह भी असं भी अपने आप टीचर ही सामने बड़ी मेहरबानी सिटी ऑफ एडमिंटन काउंसिल वालों बहुत अप्रीशिएशन थोड़ी सारे की खास करके डॉक्टर पॉल सिंह परिवार की। थैंक यू। बहुत बहुत भुपिंदर सिंह बंगा होना धन्यवाद। तो आप टीचर इस टीचर डे के संबंध में गल कर रहे हैं तो दास में यह खुशी होंगी आ कि पिछली बजारत जी अकालिया की सी बादल की वो जो चीफ सैकटरी सर्वेश कौशल से दास फगवाड़े रामगढ़िया कॉलेज पढ़ता सी 1983 के उस वेले उ उन्होंने अपॉइंटमेंट हुई सी साल के फिर उन्हें टेस्ट दिता ई एस का तो वह फिर आई एस सिलेक्ट हो गया तो वो चीफ सैकटरी जेडे बादल दे उत्थे सी। इस तरह प्रिंसीपल कश्मीरा सिंह जिन्हें तुम टॉक शो में तो सुनते हैं रेडियो एफ एम से वह भी साढ़े उस्ताद से उन्होंने मिसिज भी उत्थे पढ़ाती रामगढ़िया कॉलेज तो देश प्रदेश से भी आते हैं बड़े वधिया विचार हो पेश करते तो होर थानू जान के खुशी हुई कि जो मैं एफ टी पढ़ाता सी मेरे को एक स्टूडेंट से अभिषेक जैन जिहड़ा ग्रैंड तो सी जो मैं पिछे इंडिया गया 16 के तो मैं पता किया मैं क्या किस तरह वो कहें जी वो डी एस सी उन्हें भी आई एस का एग्जाम दिता तो सिलेक्ट हो गए इस टाइम डी सी उन्ना है। तो इस तरह जिन्हें अध्यापकों तो असी पढ़िया सानू उन्होंने भी प्राउड फील आ जिन्हों तो गह जे साढ़े को पढ़ के पहुंचे थे ता भी असं यह प्राउड फील करें। इस तरह साढ़े बहुत सारे अध्यापक जिन्हों के बच्चे गह अपन तरक्या करके गए हैं। अगर हूँ मैं अखीर तो सरदार पाल सिंह पुरेवाल उन्होंने बेनती करदा कि वो कुछ मिनट लिए अपने विचार पेश कर इस ओवर इंटरनेशनल टीचर डे से। वाहेगुरु जी का खालसा वाहेगुरु जी की फतेह। बहुत बहुत धन्यवाद जिन्हां स्पीकरां ने मेरे बारे इन्ने चंगे शब्द कहे है शायद उन्होंने कुछ मैं डिजर्व ना भी करता हाँ फिर भी बहुत बहुत धन्यवाद। पहला मैं ये प्लीज दसो भी मगर ताई मेरी आवाज सुन दी है ठीक है क्योंकि मैं कई गल्लां साझियां करनियां हैं। सब तो पहला तो यह कि मेरे ग्रेट ग्रैंडफादर मेरे परदादा जी
1892 तो 1937 तक ऑस्ट्रेलिया रहे सी। ते मैं खुशकिस्मत हाँ कि उन्हां दी संगत बहुत साल प्राप्त की थी। ते मैनू ऑस्ट्रेलिया जाण दा भी सुहाग मिलिया ते मैं उत्थे गया जी इस पिंड दे विच रहिंदे सी उन्हां मैं गलियां फिरिया गुरजीत भी नाल सी ਉਹਨਾਂ ਦੀ ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਆ ਉਹ ਇਹ ਹੈ ਕਿ ਬੀ ਐੱਸ ਸੀ ਦੇ ਵਿੱਚ ਮੈਂ ਪੜ੍ਹਦਾ ਸੀ ਤਾਂ ਮੇਰੀ ਮੰਗਣੀ ਕਰ ਦਿੱਤੀ ਮਿਸਿਜ਼ ਇੱਥੇ ਬੈਠੇ ਨੇ ਅਤੇ ਮੇਰੇ ਪੜਦਾਦਾ ਜੀ ਖੁਸ਼ ਨਹੀਂ ਸੀ ਇਸ ਵਾਸਤੇ ਕਿ ਮੈਂ ਹਜੇ ਪੜ੍ਹਦਾ ਹਾਂ ਇਸ ਕਰਕੇ ਉਹਨਾਂ ਨੂੰ ਪੜ੍ਹਾਈ ਦਾ ਬਹੁਤ ਹੁੰਦਾ ਸੀਗਾ ਉਹਨਾਂ ਨੇ ਇੱਕ ਅੰਗਰੇਜ਼ੀ ਦਾ ਫਿਕਰਾ ਬੋਲਿਆ ਉਹਨਾਂ ਦੀ ਇੰਗਲਿਸ਼ ਫਲੂਐਂਟ ਸੀ ਭਾਵੇਂ ਉਹ ਪੜ੍ਹੇ ਨਹੀਂ ਸੀਗੇ ਉਹ ਕਹਿੰਦੇ ਆਸਟ੍ਰੇਲੀਆ ਵਿੱਚ ਖਾਣਾ ਫਸਟ ਏਜ ਦੈਨ ਬਰਡ ਪਹਿਲਾਂ ਪਿੰਜਰਾ ਲਿਆਓ ਅਤੇ ਪੰਛੀ ਫੇਰ ਉਹਦੇ ਵਿੱਚ ਪਾਓ ਅਤੇ ਉਹਨਾਂ ਦਾ ਮਕਸਦ ਇਹ ਹੁੰਦਾ ਸੀ ਵੀ ਪਹਿਲਾਂ ਆਪਣਾ ਘਰ ਬਾਰ ਅਸਟੈਬਲਿਸ਼ ਕਰ ਲਓ ਅਤੇ ਫੇਰ ਵਿਆਹ ਕਰਾਓ ਇਹ ਸੀ ਉਹਨਾਂ ਦਾ ਫਸਟ ਏਜ ਦੈਨ ਬਰਡ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਕੇਜ ਦੇ ਵਿੱਚ 67 ਸਾਲ ਦਾ ਬਰਡ ਵੀ ਮੇਰੇ ਗ੍ਰੇਟ ਗ੍ਰੈਂਡਫਾਦਰ ਉਹਨਾਂ ਦੀ ਸਾਨੂੰ ਤਾਲੀਮ ਸੀ ਹੋਰ ਮੈਂ ਤੁਹਾਡੇ ਨਾਲ ਆਪਣੇ ਜੀਵਨ ਚੋਂ ਕਈ ਛੋਟੀ ਛੋਟੀਆਂ ਗੱਲਾਂ ਸਾਂਝੀਆਂ ਕਰਨੀਆਂ ਟੀਚਿੰਗ ਬਾਰੇ ਵੀ ਕਰਨੀਆਂ ਬੜੀਆਂ ਇੰਪੋਰਟੈਂਟ ਆ ਕਿਉਂਕਿ ਮੈਂ ਐਸ ਟੀਚਰ ਐਕਸਪੈਰੀਮੈਂਟ ਕੀਤੇ ਆ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਪਹਿਲੀ ਜਮਾਤ ਕਿਵੇਂ ਪਾਸ ਕੀਤੀ ਗ੍ਰੇਡ 1 ਇਹਨੂੰ 2-4 ਮਿੰਟ ਲੱਗ ਜਾਣੇ ਆ ਤੇ 1938 ਦੀ ਗੱਲ ਹੈ ਦੇਖ ਲਓ ਵੀ ਕਿੰਨੇ ਸਾਲ ਹੋ ਗਏ ਡਿਸਟ੍ਰਿਕਟ ਪ੍ਰਾਇਮਰੀ ਸਕੂਲ ਸ਼ੰਕਰ ਦੇ ਵਿੱਚ ਮੈਂ ਪਹਿਲੀ ਜਮਾਤ ਤੋਂ ਉਸ ਵੇਲੇ ਪੜ੍ਹਦਾ ਸੀਗਾ ਅਤੇ ਮੇਰੇ ਨਾਨਕੇ ਵਿੜ ਗਏ ਆ ਅਤੇ ਮਾਰਚ ਦੇ ਮਹੀਨੇ ਇਮਤਿਹਾਨ ਹੁੰਦੇ ਆ ਤਾਂ ਮੇਰੀ ਮਦਰ ਜਿਹੜੀ ਆ ਉਹ ਮੈਨੂੰ ਨਾਲ ਉੱਥੇ ਹੋਰੀਆਂ ਕਹਿੰਦੇ ਆਪਾਂ ਹੋਲੀ ਦਾ ਤਿਉਹਾਰ ਆ ਪੰਜਾਬੀ ਵਿੱਚ ਲੱਲੇ ਨੂੰ ਰਾਰਾ ਵੀ ਸੰਤ ਮੰਡਲੀ ਵਿੱਚ ਬੋਲਿਆ ਜਾਂਦਾ ਗੁਰਬਾਣੀ ਵਿੱਚ ਵੀ ਇੱਦਾਂ ਹੈਗਾ ਹੋਰੀਆਂ ਦੇਖਣ ਜਾਂਦੇ ਹੁੰਦੇ ਸੀ ਤਾਂ ਮੈਂ ਤਾਂ ਮੇਰੀ ਮਦਰ ਅਸੀਂ ਰੇਲਵੇ ਸਟੇਸ਼ਨ 'ਤੇ ਚਲੇ ਗਏ ਉੱਥੇ ਖੜ੍ਹੇ ਆ ਅਤੇ ਸਾਡੇ ਜਿਹੜੇ ਹੈੱਡ ਮਦਰ ਸਕੂਲ ਦੇ ਸੀ ਮੌਲਵੀ ਉਮਰ ਦੀ ਮੌਲਵੀ ਸਾਹਿਬ ਬਾਈਸਾਈਕਲ 'ਤੇ ਉਹ ਨੂਰ ਮਹਿਲ ਰੋਜ਼ ਜਾਂਦੇ ਹੁੰਦੇ ਸੀ ਅਤੇ ਉਹਨਾਂ ਦਾ ਰਸਤਾ ਸ਼ੇਖਾਂ ਵਿੱਚ ਦੀ ਸ਼ੰਕਰ ਤੋਂ ਸ਼ੇਖਾਂ ਤੋਂ ਨੂਰ ਮਹਿਲ ਤਾਂ ਹੀ ਸੀ ਅਤੇ ਉਹ ਉੱਥੇ ਬਾਈਸਾਈਕਲ 'ਤੇ ਖੜ੍ਹੇ ਸੀ ਰੇਲਵੇ ਸਟੇਸ਼ਨ 'ਤੇ ਉਹਨਾਂ ਦੇ ਦੁਆਲੇ 5-7 ਬੰਦੇ ਸੀਗੇ ਤਾਂ ਮੇਰੀ ਮਾਤਾ ਜੀ ਨੇ ਮੈਨੂੰ ਕਿਹਾ ਪਾਲ ਉਹ ਮੌਲਵੀ ਸਾਹਿਬ ਖੜ੍ਹੇ ਆ ਤੂੰ ਉਹਨਾਂ ਨੂੰ ਕਿਹਾ ਵੀ ਮੇਰੀ ਬੀਬੀ ਸਾਦੀ ਆ ਇਹ ਦੇਖੋ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵੀ ਮੇਰੇ ਮਾਤਾ ਜੀ ਕਿੰਨੇ ਐਡਵਾਂਸ ਸੀ ਆਪਣੇ ਸਮੇਂ ਨਾਲ ਕਿ ਯੰਗ ਏਜ ਦੇ ਵਿੱਚ ਕਹਿਣਾ ਉੱਥੇ ਰੇਲਵੇ ਸਟੇਸ਼ਨ 'ਤੇ ਇੰਨੇ ਬੰਦੇ ਆ ਵੀ ਜਾ ਕੇ ਮੌਲਵੀ ਸਾਹਿਬ ਨੂੰ ਬੁਲਾਓ ਦੈਟ ਵਾਜ਼ ਗ੍ਰੇਟ ਫੋਰ ਹਰ ਟੂ ਸੀ ਦੈਟ ਮੈਂ ਕਿਹਾ ਮੌਲਵੀ ਜੀ ਮੇਰੇ ਬੀਬੀ ਜੀ ਕਹਿੰਦੇ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਅਤੇ ਉਹ ਕਹਿੰਦੇ ਉਹਨਾਂ ਨੂੰ ਕਿਹਾ ਮੈਂ ਆਇਆ 5 ਕੁ ਮਿੰਟ 'ਚ ਮੌਲਵੀ ਸਾਹਿਬ ਆ ਗਏ ਅਤੇ ਉਹ ਕਹਿੰਦੇ ਬੀਬੀ ਜੀ ਕੀ ਗੱਲ ਆ ਉਹ ਕਹਿੰਦੇ ਵੀ ਮੈਂ ਇਹਨੂੰ ਪਾਲ ਨੂੰ ਇਹਦੇ ਨੈਣਕੀ ਲੈ ਕੇ ਚੱਲਿਆ ਆ ਹੋਰੀ ਚੱਲੀ ਹਾਂ ਹੋਰੀਆਂ ਦੇਖਣ ਅਤੇ ਉੱਥੇ ਸਾਨੂੰ ਟਾਈਮ ਲੱਗ ਜਾਣਾ ਮੈਂ ਇਹਨੂੰ ਫਿਰ ਅਗਲੇ ਹਫ਼ਤੇ ਪਿੱਛੋਂ ਇਮਤਿਹਾਨ ਦੇਣ ਲਈ ਆਉਣਾ ਪੈਣਾ ਆ ਤਾਂ ਤੁਸੀਂ ਇਹਦਾ ਇਮਤਿਹਾਨ ਇੱਥੇ ਹੀ ਲੈ ਲਓ ਤਾਂ ਹੁਣ ਇਹ ਮੌਲਵੀ ਸਾਹਿਬ ਨੂੰ ਕਹਿੰਦੇ ਉਹ ਕਹਿੰਦੇ ਚੰਗੇ ਉਹ ਹੈੱਡ ਮਦਰ ਸੀ ਉਹ ਕਹਿੰਦੇ ਚੰਗਾ ਮੈਂ ਹੁਣੇ ਇੱਥੇ ਇਮਤਿਹਾਨ ਲੈ ਲਿੱਤਾ ਉਹਨਾਂ ਨੂੰ ਮੌਲਵੀ ਸਾਹਿਬ ਨੇ ਮੈਨੂੰ ਕਿਹਾ ਵੀ ਉਹ ਰਾਹ ਦੇ ਵਿੱਚੋਂ ਰੇਤਾ ਦੇ 2 ਬੁੱਕ ਇਕੱਠੇ ਕਰਕੇ ਲਿਆ ਉਹ ਮੈਂ ਲਿਆਂਦੇ ਉਹਦੇ 'ਚ ਉਹ ਕਹਿੰਦੇ ਢੇਰੀ ਬਣਾ ਕੇ ਪੱਧਰੀ ਕੀਤੀ ਤਾਂ ਉਹ ਕਹਿੰਦੇ ਇਹਦੇ ਉੱਪਰ ਲਿਖ ਮੇਰਾ ਉਰਦੂ ਦੇ ਵਿੱਚ ਲਿਖਣਾ ਸੀ ਇਹ 'ਤੇ ਲਿਖ ਤੇਰਾ ਹੋਰ 5-7 ਉਹਨਾਂ ਨੂੰ ਨਿਯਮਿਤ ਲਿਖਵਾਏ ਮੈਨੂੰ ਯਾਦ ਮੇਰਾ ਤੇਰਾ ਹੀ ਗਿਆ ਫਿਰ ਮੈਂ ਤੋਂ ਗਿਣਤੀ ਕੁਛ ਕਰਵਾਈ ਚਲੋ ਮੇਰਾ ਇਮਤਿਹਾਨ ਹੋ ਗਿਆ ਰੇਲਵੇ ਸਟੇਸ਼ਨ 'ਤੇ ਤਾਂ ਫਿਰ ਮੇਰੀ ਮਦਰ ਮੌਲਵੀ ਸਾਹਿਬ ਨੂੰ ਕਹਿੰਦੇ ਮੌਲਵੀ ਜੀ
ਇਹ ਹੁਣ 31 ਤਰੀਕ ਨੂੰ ਇਹਨੂੰ ਨਤੀਜਾ ਸੁਣਨ ਆਉਣਾ ਹੈ ਤੇ ਨਤੀਜਾ ਵੀ ਇੱਥੇ ਸੁਣਾ ਦਿਓ। ਮੌਲਵੀ ਸਾਹਿਬ ਕਹਿੰਦੇ ਤੁਹਾਡਾ ਮੁੰਡਾ ਹੁਸ਼ਿਆਰਾ ਪਾਸ ਹੋ ਗਿਆ। ਸੋ ਇਹਦਾ ਮੈਂ ਆਪਣੀ ਪਹਿਲੀ ਜਮਾਤ ਦਾ ਇਮਤਿਹਾਨ ਪਾਸ ਕੀਤਾ। ਹੁਣ ਮੈਂ ਪੰਜਵੀਂ ਜਮਾਤ ਸੁਣਾਉਣਾ ਗਾ ਰਹਿਣਾ। ਸਾਡੇ ਗਿਆਨੀ ਜੀ ਬਹੁਤ ਚੰਗੇ ਸਨ, ਉਹਨਾਂ ਨੇ ਸਾਨੂੰ ਧਾਰਮਿਕ ਦੇ ਬਹੁਤ ਪੜ੍ਹਾਈ ਕੀਤੀ। 6 ਸਾਲ ਧਾਰਮਿਕ ਦੇ ਸਾਡੇ ਪੰਜਵੀਂ ਤੋਂ ਲੈ ਕੇ 10ਵੀਂ ਤਾਈਂ ਸਾਨੂੰ ਸਿੱਖਿਆ ਦਿੱਤੀ। ਸ਼ਬਦਾਂ ਦੇ ਸ਼ਬਦ ਯਾਦ ਕਰਾਉਣੇ, ਇਤਿਹਾਸ ਸਿੱਖ ਇਤਿਹਾਸ ਦੱਸਣਾ ਅਤੇ ਹੋਰ ਬਹੁਤ ਚੰਗੀਆਂ ਗੱਲਾਂ ਕਰਦੀਆਂ। ਹੋਰ ਉਹਨਾਂ ਨੇ ਸਾਨੂੰ ਜਪਜੀ ਸਾਹਿਬ ਬਾਰਿਆਂ ਬਣਿਆ ਰਹਿਰਾ ਸਾਹਿਬ ਅਤੇ 16 ਸਾਲ ਦੀ ਬਾਣੀ ਕੰਠ ਕਰਾਈ। ਇਹ 1942 ਦੀ ਗੱਲ ਹੈ ਅਤੇ ਉਹ ਮੈਨੂੰ ਹਜੇ ਤਾਂ ਚੇਤੇ ਆ। ਜਿਹੜੇ ਸ਼ਬਦ ਉੱਥੇ ਉਹਨਾਂ ਨੇ ਸਾਨੂੰ 6 ਸਾਲਾਂ 'ਚ ਕਰਵਾਏ, ਉਦੋਂ ਬਾਅਦ ਮਗਰੋਂ ਨਹੀਂ ਕੋਈ ਚੇਤੇ ਹੋਇਆ, ਉਹ ਜਿਹੜੇ ਕਰਵਾ ਕੇ ਕਰਵਾ ਗਿਆ। ਇਹ 5ਵੀਂ ਦੀ ਗੱਲ। 6ਵੀਂ ਜਮਾਤ ਦੀ ਗੱਲ। 6ਵੀਂ ਵਿੱਚ ਇੱਕ ਦਿਨ ਗਿਆਨੀ ਜੀ ਆਏ, ਉਹਨਾਂ ਨੇ ਬੋਰਡ 'ਤੇ ਆ ਕੇ ਕਮਰੇ ਵਿੱਚ ਜਦੋਂ ਦਾਖਲ ਹੋਏ ਲਿਖ ਦਿੱਤਾ, ਸਾਧ ਜੋ ਲੱਭਦੇ ਧੂਣੀਆਂ ਬਾਲ ਕੇ ਨਾਰ ਪਾ ਉਹ ਪਾ ਜਾਏ ਬਾਲ ਕੇ ਭਾਲ ਕੇ। ਵੀ ਜੋ ਸਾਧ ਪਰਮਾਤਮਾ ਨੂੰ ਲੱਭਦੇ ਆ ਉਹ ਚੰਗੀ ਸ਼ਿਕਸ਼ਾ ਦੇ ਕੇ ਜਿਹੜੀ ਆਪਣੇ ਬੱਚਿਆਂ ਨੂੰ ਪਾਲਦੀ ਹੈ ਜਨਾਨੀ, ਉਹਦੀ ਪਰਮਾਤਮਾ ਦੀ ਪ੍ਰਾਪਤੀ ਇਸੇ ਵਿੱਚ ਹੀ ਆ ਉਹਦੀ। ਸੋ ਸਾਧ ਜੋ ਲੱਭਦੇ ਧੂਣੀਆਂ ਬਾਲ ਕੇ ਨਾਰ ਪਾ ਜਾਏ ਉਹ ਬਾਲ ਕੇ ਭਾਲ ਕੇ। ਸਾਇੰਸ ਦੀ ਕਲਾਸ ਵਿੱਚੋਂ 6ਵੀਂ ਜਮਾਤ 'ਚੋਂ ਮੈਨੂੰ ਯਾਦ ਹੈ ਇੱਕ, ਮੈਂ ਤੁਹਾਨੂੰ ਗੱਲਾਂ ਸੁਣਾਉਣਾ ਕਿਉਂਕਿ ਇਹ ਮੇਰੇ ਅਮਿਟ ਦਿਮਾਗ ਦੇ ਵਿੱਚ ਬੈਠੀ ਆ। ਸਾਡੇ ਸਾਇੰਸ ਮਾਸਟਰ ਗੋਪਾਲ ਰਾਵਾਂ ਤੋਂ ਭਗਤ ਸਿੰਘ ਹੋਣੀ ਹੁੰਦੇ ਸੀ, ਉਹਨਾਂ ਨੂੰ ਆ ਕੇ ਬੋਰਡ 'ਤੇ ਲੈ ਦੇ ਉਹਨਾਂ ਦੀ ਚੇਤੇ ਕਰੋ, ਤਾਂ ਉਹਨਾਂ ਦੇ ਵਿੱਚੋਂ ਇੱਕ ਮੈਨੂੰ ਚੇਤੇ ਆ, ਵਜ਼ਨੇ ਮਖਸੂਸ ਸੇ ਵੋ ਨਿਸਬਤ ਮੁਰਾਦ ਹੈ ਜੋ ਕਿਸੇ ਚੀਜ਼ ਕੋ ਉਸੀ ਚੀਜ਼ ਕੇ ਮੁਸਾਵੀ ਔਰ ਹੁਜਮ ਪਾਣੀ ਕੇ ਵਜ਼ਨ ਸੇ ਹੋਤੀ ਹੈ। ਤਾਂ ਇਹਨੂੰ ਇਹਦਾ ਸਾਨੂੰ ਮਤਲਬ ਆਉਂਦਾ ਨਹੀਂ ਸੀ, ਘੋਟਾ ਲਾਇਆ ਸੀਗਾ, ਮਤਲਬ ਜਾ ਕੇ 10ਵੀਂ 'ਚ ਪਤਾ ਲੱਗਾ ਕਿ ਸਪੈਸਿਫਿਕ ਗ੍ਰੈਵਿਟੀ ਦੀ ਗੱਲ ਆ। ਸੋ ਇਹ 6ਵੀਂ ਜਮਾਤ ਦੀ। ਹੁਣ ਮੈਂ 8ਵੀਂ ਜਮਾਤ ਦੀ ਗੱਲ ਕਰਨੀ ਹੈ। 8ਵੀਂ ਜਮਾਤ 7ਵੀਂ 8ਵੀਂ 2 ਸਾਲ ਮੈਂ ਫਾਰਸੀ ਪੜ੍ਹੀ ਆ, ਉਰਦੂ ਤਾਂ ਮੈਂ ਬਹੁਤ ਕਾਫੀ ਪੜ੍ਹਿਆ ਆ, ਫਾਰਸੀ ਪੜ੍ਹੀ ਆ। ਉਸ ਫਾਰਸੀ ਦੇ ਵਿੱਚੋਂ ਇੱਕ ਜਿਹੜੀ ਗੱਲ ਹੈ ਉਹ ਹੈ, ਹੱਕਾ ਕੇ ਬਾ ਅਕੂਬ ਦੇ ਦੋਜ਼ਖ ਬਰਾਬਰ ਰਸਤ, ਰਫਤਨ ਬਾਬਾ ਏ ਮਰਦੀਏ ਹਮਸਾਇਆ ਦਰ ਬਹਿਸ਼ਤ। ਇਹਦਾ ਹੁਣ ਮੈਂ ਅਰਥ ਤੁਹਾਨੂੰ ਦੱਸਣਾ ਹੈ। ਇਹ ਬੜੀ ਇੱਕ ਸੱਚੀ ਗੱਲ ਹੈ ਕਿ ਹੱਕਾ ਕੇ ਬਾ ਅਕੂਬ ਦੇ ਦੋਜ਼ਖ ਬਰਾਬਰ, ਦੋਜ਼ਖ ਦੇ ਬਰਾਬਰ ਆ। ਕੀ ਦੋਜ਼ਖ ਦੇ ਬਰਾਬਰ ਆ? ਗੁਆਂਢੀ ਦੀ ਲੱਤ ਫੜ ਕੇ ਬਹਿਸ਼ਤ ਦੇ ਵਿੱਚ ਪਹੁੰਚ ਜਾਣਾ ਇਹ ਦੋਜ਼ਖ ਦੇ ਬਰਾਬਰ ਆ। ਮਤਲਬ ਇਹ ਆ ਵੀ ਜੋ ਕੁਛ ਵੀ ਅਚੀਵਮੈਂਟ ਕਰਨੀ ਤੁਸੀਂ ਆਪਣੀ ਕੀਤੀ ਹੋਵੇ ਤਾਂ ਉਹ ਆ, ਨਹੀਂ ਤਾਂ ਗੁਆਂਢੀ ਨੇ ਇਹੀ ਕਹੀ ਜਾਣਾ ਆ ਸਾਰੀ ਉਮਰ, ਉਹ ਮੈਂ ਤੈਨੂੰ ਕੈਨੇਡੇ ਪਹੁੰਚਾ ਦਿੱਤਾ, ਨਹੀਂ ਤੇ ਤੋਰੇ ਸਿਆਹ ਹੋਣਾ। ਇਹ ਉਹ ਗੱਲ ਹੈਗੀ ਆ ਕਿ ਆਪਣੇ ਆਪ ਜਿਹੜੀ ਆ ਪ੍ਰਾਪਤੀ ਉਹ ਬੜੀ ਵਧੀਆ ਗੱਲ ਆ। ਹੁਣ ਮੈਂ 10ਵੀਂ ਦੀ ਗੱਲ ਸੁਣਾਉਣੀ ਹੈ, ਬਹੁਤ ਮਜ਼ੇਦਾਰ ਗੱਲ ਆ। 10ਵੀਂ ਜਮਾਤ 'ਚ ਸਾਡਾ ਆਖਰੀ ਪੀਰੀਅਡ ਸੀਗਾ, ਲਾਸਟ ਪੀਰੀਅਡ ਧਾਰਮਿਕ ਦਾ। ਗਿਆਨੀ ਜੀ ਆਏ ਅਤੇ ਉਹਨਾਂ ਨੇ ਉੱਥੇ ਇੱਕ ਕਵਿਤ ਲਿਖ ਦਿੱਤਾ ਬਲੈਕ ਬੋਰਡ 'ਤੇ, ਅਤੇ ਉਹ ਜਿਹੜਾ ਕਵਿਤ ਆ, ਕਵਿਤ ਬਲੈਕ ਬੋਰਡ 'ਤੇ ਜਿਹੜਾ ਲਿਖਿਆ ਉਹ ਭਾਈ ਗੁਰਦਾਸ ਜੀ ਦਾ ਸੀਗਾ। ਮੇਰਾ ਖਿਆਲ ਉਹਨਾਂ ਨੇ ਜਾਣਾ ਛੇਤੀ ਉੱਥੇ ਤੇ ਪਹੁੰਚਣਾ ਆ, ਜਿਹੜਾ ਆਪਣੀ ਹੋ ਰਹੀ ਆ ਡੈਮੋਨਸਟ੍ਰੇਸ਼ਨ ਵਗੈਰਾ। ਮੈਂ ਵੀ ਫਿਰ ਸ਼ੋਰਟ ਕਰ ਦਿੰਦਾ ਹਾਂ ਕਿਉਂਕਿ ਤੁਸੀਂ ਵੀ ਜਾਣਾ ਹੋਣਾ ਹੈ। ਉਹ ਕਵਿਤ ਜਿਹੜਾ ਸੀਗਾ ਉਹ ਉਸਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਗੱਲ ਦੱਸਣੀ ਆ। ਮੈਂ ਜਦੋਂ ਆਪਣੇ ਪਿੰਡ ਜਾਂਦਾ, ਮੇਰਾ ਕਲਾਸ ਫੈਲੋ ਸੀ, ਗੁਜ਼ਰ ਗਿਆ ਹੁਣ ਨੱਥਾ ਰਾਮ ਭਾਰਦਵਾਜ, ਉਹ ਮੇਰਾ ਕਲਾਸ ਫੈਲੋ ਸੀ, ਅਤੇ ਮੈਂ ਇੱਕ ਵਾਰ ਪਿੰਡ ਗਿਆ ਅਤੇ ਉਹ ਮੈਨੂੰ ਕਹਿੰਦਾ, ਪਾਲ ਸਿੰਘ ਜੀ ਤੁਹਾਨੂੰ ਉਹ ਕਵਿਤ ਚੇਤੇ ਆ ਜਿਹੜਾ 1948 ਵਿੱਚ ਆਪਾਂ ਨੂੰ ਗਿਆਨੀ ਜੀ ਨੇ ਬੋਰਡ 'ਤੇ ਲਿਖਿਆ ਸੀਗਾ? ਮੈਂ ਕਿਹਾ ਚੇਤੇ ਆ। ਉਹ ਕਹਿੰਦਾ ਮੈਨੂੰ ਸੁਣਾਓ।
फिर मैं सुनाया वो कवच जो इस तरह है बूछत पथक ते मार्ग न तर है पग प्रीतम के देश कैसे बातन से जाइए बूछत है वैद खा औखती न संजन से कैसे बेटे रोग सुख सहज सुनाइए बूछत सरागण है कर्म दुहागण के हृदय विचार कंत से जब लाइए गाय सौ आख मी आइए न पारा पद जेल और ना गौर शब्द हृदय कमाइए ये चार लाइना उस कवेदियां सी ते ज्ञानी जी ने सानू इसे अर्थ दसे भी मैं छे साल थानू विद्या दिती है धार्मिक दी ते तुसी जे उते प्रैक्टिस नहीं कीती तो वो सारी बेफायदा आ इस तरह पे जे राही पांधी राही पुछता किसी तो मैं किदा जाना राह कि फलाने थान जाता उस राह के पैर रखेगा तो मंजिल ते किता पहुंचूगा जे वैद थानू दवाई दिंदा उन्हें जिहड़ा संजम किया आ खा ना करोगे तो आराम किवें आएगा इस तरह गुरु की जिहड़ी सिक्ख्या जे उह तुसीं ना कमाओगे तो तुसीं जिहड़ी तुहाडी असली मंजिल आ उस ते किवें पहुंचोगे ये सी साडी स्कूल दी मेरियां स्कूल दीयां यादां जिहड़ियां मैं तुहाडे नाल सांझियां कीतियां हुण मैं एज टीचर थोड़ियां जिहियां गल्लां करनियां फिर आपां समाप्ति करांगे तुहाडा बहुत बहुत धन्नवाद पहिलां ही कर दिंदा क्योंकि हुण मेरी मैमरी चों कई वार चीज़ां विसर जांदियां तां चेता ही नहीं रहिंदा तुहाडी सोसाइटी जिहड़ी आ इहदा मेरे जिहड़े आदेश तुसीं दस्से एम्स वगैरह दस्से आ बहुत ही वधिया आ तुसीं बहुत वधिया काम कर रहे हो जिहड़ी तुसीं मेरे अज ऑनर कीती आ इह मेरियां गुरु दी कृपा नाल कई ऑनर्स होईआं आ ਇਹ ਆਨਰ ਇੱਕ ਮੈਂ ਸਮਝਦਾ ਵੀ ਬੜੀ ਯੂਨੀਕ ਹੈ ਕਿਉਂਕਿ ਮੇਰੇ ਭਾਈਚਾਰੇ ਦੀ ਹੈ ਭਾਈਚਾਰੇ ਦੇ ਨਾਲ ਸਿੱਖ ਕਮਿਊਨਿਟੀ ਅਤੇ ਨਾਲ ਟੀਚਿੰਗ ਭਾਈਚਾਰੇ ਦੀ ਵੱਲੋਂ ਇਸ ਵਾਸਤੇ ਮੇਰੇ ਲਈ ਇਸ ਦੀ ਸਨਮਾਨ ਦੀ ਬਹੁਤ ਵੈਲਿਊ ਆ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਹੁਣ ਮੈਂ ਟੀਚਿੰਗ ਦੇ ਵਿੱਚ ਦੋ ਚਾਰ ਗੱਲਾਂ ਕਰਨੀਆਂ ਕਿ ਮੈਂ ਤਿੰਨ ਜੋਬਾਂ ਕੀਤੀਆਂ ਸਾਰੀ ਲਾਈਫ ਵਿੱਚ ਇੱਕ ਟੀਚਿੰਗ ਇੱਕ ਇੰਜੀਨੀਅਰਿੰਗ ਅਤੇ ਕੰਪਿਊਟਿੰਗ ਕੰਪਿਊਟਰ ਫੀਲਡ ਵਿੱਚ ਕੰਪਿਊਟਰ ਅਤੇ ਇੰਜੀਨੀਅਰਿੰਗ ਵਿੱਚ ਮੈਂ ਟੋਪ 'ਤੇ ਰਿਹਾ ਟੀਚਿੰਗ ਦੇ ਵਿੱਚ ਵੀ ਮੈਂ ਬਹੁਤ ਇੰਜੋਏ ਕੀਤਾ ਜਦੋਂ ਮੈਂ ਟੀਚਿੰਗ ਛੱਡ ਕੇ ਇੰਗਲੈਂਡ ਚਲੇ ਗਿਆ ਅੱਠ ਦਸ ਸਾਲ ਮੈਨੂੰ ਸੁਪਨੇ ਆਉਂਦੇ ਰਹੇ ਕਿ ਮੈਂ ਖੜ੍ਹਾ ਹੋ ਕੇ ਆਪਣੀ ਕਲਾਸ ਵਿੱਚ ਪੜ੍ਹਾ ਰਿਹਾ ਹਾਂ ਸੋ ਇਹਦਾ ਮਤਲਬ ਵੀ ਮੈਂ ਟੀਚਿੰਗ ਇੰਨੀ ਜ਼ਿਆਦਾ ਲਾਈਕ ਕਰਦਾ ਸੀ ਮੇਰਾ ਗੋਲਡਨ ਪੀਰੀਅਡ ਸੀ ਮੇਰੀ ਲਾਈਫ ਦਾ ਉਹ ਸਾਲ ਅਤੇ ਮੈਂ ਬੱਚਿਆਂ ਨੂੰ ਜਾਣੇ ਆਪਣੇ ਛੋਟੇ ਭਰਾਵਾਂ ਵਾਂਗਰ ਹੀ ਸਮਝਦਾ ਸੀ ਬਹੁਤ ਸਾਰੀਆਂ ਕਲਾਸਾਂ ਨੂੰ ਅਤੇ ਪਿੰਡ ਵਾਲੇ ਵੀ ਸਾਰੇ ਲੋਕ ਵਾਗਰ ਸਨ ਸਾਇੰਸ ਪੜ੍ਹਾਉਣ ਵਾਸਤੇ ਮੈਂ ਆਪਣਾ ਮੈਂ ਟਾਈਮ ਟੇਬਲ ਬਣਾਉਂਦਾ ਸੀ ਅਤੇ ਆਪਣਾ ਪੀਰੀਅਡ ਲਾਸਟ ਰੱਖਿਆ ਹੁੰਦਾ ਸੀ ਛੇਕਣਾ ਸਿਰਫ ਇਸ ਵਾਸਤੇ ਕਿ ਜੇ ਕੰਮ ਚੱਲਦਾ ਹੈ ਤਾਂ ਚਲਾ ਹੀ ਜਾਣਾ ਆ ਇਹ ਨਹੀਂ ਵੀ ਘੰਟੀ ਵੱਜ ਗਈ ਅਤੇ ਘਰ ਨੂੰ ਨੱਠ ਜਾਣਾ ਤਾਂ ਮੁੰਡਿਆਂ ਨੂੰ ਬਿਠਾ ਦੇਣਾ ਨਹੀਂ ਸੋ ਇਹ ਮੇਰੇ ਜਿੰਨੇ ਸਾਲ ਵੀ ਮੈਂ ਕੰਮ ਕੀਤਾ ਇਹ ਵਿਦਆਊਟ ਐਕਸੈਪਸ਼ਨ ਹਰ ਸਾਲ ਦਸਵੀਂ ਚਾਹ ਹੋਏ ਗਿਆਰਵੀਂ ਹੋਏ ਬਾਰਵੀਂ ਹੋਏ ਉਹਦਾ ਉਹਦੇ ਲਈ ਮੇਰਾ ਇੱਕ ਫਾਈਨਲ ਕਲਾਸ ਲਈ ਮੇਰਾ ਛੇਕਲਾ ਪੀਰੀਅਡ ਹੁੰਦਾ ਸੀਗਾ ਸੋ ਬਹੁਤ ਇੰਜੋਏ ਕੀਤਾ ਐਤਵਾਰਾਂ ਨੂੰ ਪ੍ਰੈਕਟੀਕਲ ਮੁੰਡਿਆਂ ਨੂੰ ਕਰਵਾਉਣੇ ਕੋਈ ਟਿਊਸ਼ਨ ਵਗੈਰਾ ਨਹੀਂ ਓਵਰ ਟਾਈਮ ਲਾਉਣੇ ਕੋਈ ਟਿਊਸ਼ਨ ਵਗੈਰਾ ਨਹੀਂ ਤਾਂ ਸਿਰਫ ਇਸ ਵਾਸਤੇ ਕਿ ਪੜ੍ਹਾਉਣ ਦਾ ਜਿਹੜਾ ਇਸ਼ਕ ਸੀ ਐਕਸਪੈਰੀਮੈਂਟ ਮੈਂ ਕੀਤੇ ਮੈਥਮੈਟਿਕਸ ਜਿਹੜਾ ਜਦੋਂ ਮੈਂ ਮੈਥਮੈਟਿਕ ਪੜ੍ਹਾਉਂਦਾ ਹੁੰਦਾ ਸੀਗਾ ਅਤੇ ਪੇਪਰ ਮੈਂ ਜਦੋਂ ਵੀ ਸੈੱਟ ਕਰਨਾ ਸਾਰੇ ਸਵਾਲ ਮੈਂ ਆਪ ਬਣਾਉਂਦਾ ਸੀ ਖੁਦ ਇਹ ਨਹੀਂ ਵੀ ਕਿਤਾਬ ਵਿੱਚੋਂ ਲਿਖ ਕੇ ਦੇ ਦੇਣੇ ਇੱਕ ਵਾਰ ਮੈਂ ਪੇਪਰ ਐਸਾ ਸੈੱਟ ਕੀਤਾ ਦਸ ਸਵਾਲ ਸੌ ਨੰਬਰ ਦਾ ਸੀ ਪਹਿਲੇ ਕੁਐਸਚਨ ਦਾ ਜਵਾਬ ਇੱਕ ਦੂਜੇ ਸਵਾਲ ਕੁਐਸਚਨ ਦਾ ਜਵਾਬ ਦੋ ਤੀਜੇ ਦਾ ਤਿੰਨ ਅਤੇ ਚੌਥੇ ਦਾ ਚਾਰ ਅਤੇ ਦਸਵੇਂ ਦਾ ਦਸ ਸਾਰੇ ਸਵਾਲ ਜਦੋਂ ਹੱਲ ਕਰਨਗੇ ਤਾਂ ਉਹਨਾਂ ਦਾ ਜਵਾਬ ਇੱਦਾਂ ਹੀ ਆਉਣਾ ਸੀ ਇੱਕ ਤੋਂ ਲੈ ਕੇ ਦਸ ਤਾਈਂ ਮੁੰਡੇ ਕਲਾਸ ਵਿੱਚੋਂ ਨਿਕਲਦੇ ਹੱਸਦੇ ਆਉਣ ਕਹਿੰਦੇ ਜਿਹੜੇ ਹੁਸ਼ਿਆਰ ਮੁੰਡੇ ਉਹ ਕਹਿੰਦੇ ਮਾਸਟਰ ਜੀ ਸਾਨੂੰ ਤਾਂ ਤਿੰਨ ਸਵਾਲ ਕੱਢ ਕੇ ਪਤਾ ਲੱਗ ਗਿਆ ਬਾਕੀਆਂ ਦਾ ਕੀ ਜਵਾਬ ਆਉਣਾ ਮੈਂ ਕਿਹਾ ਮੈਂ ਤੁਹਾਡੇ ਜਵਾਬ ਨਹੀਂ ਦੇਖਣੇ ਜਦੋਂ ਪਰਚੇ ਚੈੱਕ ਕੀਤੇ ਮੈਂ ਦੇਖਣਾ ਤੁਸੀਂ ਉਸ ਜਵਾਬ 'ਤੇ ਪਹੁੰਚਦੇ ਕਿੱਦਾਂ ਆ ਜਵਾਬ ਜੇ ਤੁਹਾਨੂੰ ਬੇਸ਼ੱਕ ਜਿਹੜਾ ਬੱਚਾ ਨਹੀਂ ਕਾਫੀ ਹੁਸ਼ਿਆਰ ਨਹੀਂ ਉਹਨੂੰ ਬੇਸ਼ੱਕ ਜਵਾਬ ਦੱਸ ਦਿਓ ਜੇ ਉਹਨੂੰ ਸਲੂਸ਼ਨ ਨਹੀਂ ਆਉਂਦਾ ਤਾਂ ਉਹ ਪਹੁੰਚ ਨਹੀਂ ਸਕਦਾ ਜਵਾਬ 'ਤੇ ਇਸ ਵਾਸਤੇ ਇੰਨਾ ਹੀ ਮੈਂ ਓਬਜੈਕਟਿਵ ਟੈਸਟ ਜਿਹੜੇ ਆ ਜਦੋਂ ਮੈਂ ਬੀ ਟੀ ਕਰਕੇ ਆਇਆ ਸਾਇੰਸ ਸਟੂਡੈਂਟਸ ਨੂੰ
ਆਬਜੈਕਟਿਵ ਟੈਸਟ ਦਾ ਇੱਕ ਪੇਪਰ ਦਿੱਤਾ ਜਿਹੜਾ ਕਿ ਪਹਿਲੀ ਵਾਰ ਸੀ। ਸੋ ਇਸ ਤਰ੍ਹਾਂ ਦੇ ਮੈਂ ਐਕਸਪੈਰੀਮੈਂਟ ਕਰਦਾ ਰਿਹਾ। ਹੁਣ ਆਪਣੀਆਂ ਕਿਤਾਬਾਂ ਬਾਰੇ ਮੈਂ ਦੱਸਾਂ, ਮੇਰੀ 500 ਸਾਲਾਂ ਦੀ ਯਾਤਰੀ ਆ। ਮੈਂ ਸੂਰਜ ਸਿਧਾਂਤ ਗ੍ਰਹਿ ਲਾਗਿਓ ਮਕਰੰਦ ਸਾਰਨੀ ਹੈ, ਤਿੰਨ ਬੜੇ ਵੱਡੇ ਗ੍ਰੰਥ ਆ। ਇਹਨਾਂ ਗ੍ਰੰਥਾਂ ਨੂੰ ਮੈਂ ਮਾਸਟਰ ਕੀਤਾ ਜਦੋਂ ਮੈਂ 25-26 ਸਾਲ ਦਾ ਸੀਗਾ। ਉਹਦੇ ਨਾਲ ਵਿਕਰੇ ਕੈਲੰਡਰ ਬਣਦੇ ਆ। ਤਾਂ ਫਿਰ ਜਦੋਂ ਮੇਰੇ ਮੈਂ ਅਨਾਫ ਹੋ ਗਿਆ ਐਕਸਪਰਟ, ਜਦੋਂ ਮੈਂ ਸਮਝਦਾ ਸੀ ਕਿ ਮੈਂ ਪੜਤਾਂ ਦੇ ਮੁਕਾਬਲੇ 'ਤੇ ਕੈਲਕੂਲੇਸ਼ਨ ਕਰ ਸਕਦਾ, ਫਿਰ ਮੈਂ 500 ਸਾਲਾਂ ਯੰਤਰੀ ਤਿਆਰ ਕੀਤੀ। ਤਾਂ ਇਹਦੇ ਵਿੱਚ ਯੰਤਰੀ ਦੇ ਵਿੱਚ ਜਿਹਨਾਂ ਜਿਹਨਾਂ ਦਾ ਮੈਂ ਧੰਨਵਾਦ ਲਿਖਿਆ ਆ, ਉਹ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਛਾਪੀ ਸੀ, ਅਤੇ ਬੋਰਡ ਨੇ ਇਹ ਇੱਕੋ ਕਿਤਾਬ ਆ ਜਿਹੜੀ ਬੋਰਡ ਨੇ ਛਾਪੀ ਐਕਸੈਪਸ਼ਨ, ਕਿਉਂਕਿ ਬੋਰਡ ਸਿਰਫ ਟੈਕਸਟ ਬੁੱਕਾਂ ਛਾਪਦਾ ਹੈ ਸਕੂਲਾਂ ਨੇ। ਦਿਸ ਵਾਜ਼ ਦ ਓਨਲੀ ਬੁੱਕ ਜਿਹੜੀ ਉਹਨਾਂ ਨੇ ਐਜ਼ ਐਕਸੈਪਸ਼ਨ ਛਾਪੀ, ਉਹ ਇਸ ਵਾਸਤੇ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਐਨੀਵਰਸਰੀ, ਸਿਲਵਰ ਐਨੀਵਰਸਰੀ ਸੀ 25 ਸਾਲ ਦੀ ਸੀ, ਅਤੇ ਐਜੂਕੇਸ਼ਨਲ ਸੈਕਟਰੀ ਨੇ, ਚੀਫ ਸੈਕਟਰੀ ਨੇ ਕਿਤਾਬ ਰਿਲੀਜ਼ ਕੀਤੀ ਸੀ। ਅਤੇ ਇਸ ਕਿਤਾਬ ਦੇ ਵਿੱਚ ਜਿਹੜਾ ਮੈਂ ਧੰਨਵਾਦ ਲਿਖਿਆ, ਤਾਂ ਉਹਦੇ ਵਿੱਚ ਛੇਕਲੀ ਲਾਈਨ 'ਚ ਧੰਨਵਾਦ ਮੈਂ ਗੁਰਜੀਤ ਦਾ ਲਿਖਿਆ, ਮਿਸਿਜ਼ ਦਾ। ਉਹ ਧੰਨਵਾਦ ਚੀਫ ਸੈਕਟਰੀ ਨੇ ਉੱਥੇ ਸਮਾਗਮ ਵਿੱਚ ਪੜ੍ਹ ਕੇ ਸੁਣਾਇਆ, ਅਤੇ ਉਹ ਮੈਂ ਤੁਹਾਨੂੰ ਸੁਣਾ ਦਿੰਦਾ। ਉਹ ਮੈਂ ਇਹ ਲਿਖਿਆ ਸੀ, ਫਾਈਨਲੀ ਆਈ ਵਾਂਟ ਟੂ ਥੈਂਕ ਮਾਈ ਵਾਈਫ ਗੁਰਜੀਤ ਕੌਰ ਫੋਰ ਹਰ ਡੇਲੀ ਚੈਲੇਂਜ ਟੂ ਮੀ ਦੈਟ ਆਈ ਵਿਲ ਨੈਵਰ ਬੀ ਏਬਲ ਟੂ ਕੰਪਲੀਟ ਦਿਸ ਵਰਕ, ਮੇਡ ਮੀ ਮੋਰ ਰੈਜ਼ੋਲਿਊਟ ਟੂ ਪ੍ਰੂਵ ਹਰ ਰੋਂਗ। ਇਹ ਮੇਰਾ ਇਸ ਦੇ ਵਿੱਚ ਬਹੁਤ ਕੁਛ ਇਸ ਫਿਕਰ 'ਚ ਪਿਆ, ਇਸ ਫਿਕਰ 'ਚ ਹਨੋਰਾ ਛਿਪਿਆ, ਇਸ ਦੇ ਵਿੱਚ ਪਿਆਰ ਛੁਪਿਆ, ਇਸ ਦੇ ਵਿੱਚ ਜਿਹੜੀ ਸੈਕਰੀਫਾਈਸ ਲੇਡੀਜ਼ ਨੂੰ ਕਰਨੀ ਪੈਂਦੀ ਆ ਉਹ ਛੁਪੀ ਆ। ਇਹ ਫਿਕਰਾਂ ਮੇਰੀਆਂ ਉਹ ਸਾਰੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਸੀਗਾ। ਦੂਸਰੀ ਕਿਤਾਬ ਉਹ ਹਿਜਰੀ ਕੈਲੰਡਰ 'ਤੇ ਆ। ਉਸ ਕੈਲੰਡਰ ਦੇ ਵਿੱਚ ਪਾਕਿਸਤਾਨ ਦਾ ਕੈਲੰਡਰ ਆ, 1500 ਸਾਲ ਦਾ ਮੁਸਲਮਾਨਾਂ ਦਾ ਕੈਲੰਡਰ ਆ, ਅਤੇ ਉਹ ਉਹਨਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਕਿ ਲਾਹੌਰ ਦੇ ਪੰਜਾਬ ਲਾਹੌਰ ਦੇ ਵਿੱਚ ਸਰਦਾਰ ਦਿਆਲ ਸਿੰਘ ਕਾਲਜ ਲਾਇਬ੍ਰੇਰੀ ਦੇ ਵਿੱਚ ਇੱਕ ਸਪੈਸ਼ਲ ਕੋਰਨਰ ਉਹਨਾਂ ਨੇ 2-4 ਲੱਖ ਰੁਪਈਆ ਖਰਚ ਕਰਕੇ ਬਣਾਇਆ। ਉੱਥੇ ਮੇਰੀ ਵੱਡੀ ਫੋਟੋ ਲਾਈ ਅਤੇ ਉਸ ਦਾ ਨਾਮ ਪੂਰੇਵਾਲ ਕੋਰਨਰ ਰੱਖਿਆ ਹੋਇਆ। ਇਹ ਜਿਹੜੀ ਏਡੀ ਵੱਡੀ ਵੱਡਾ ਸਨਮਾਨ ਆ, ਇਹ ਕਿਸੇ ਕਿਸੇ ਨੂੰ ਜੀਵਨ ਵਿੱਚ ਪ੍ਰਾਪਤ ਹੁੰਦਾ, ਮਰਨ ਤੋਂ ਮਗਰੋਂ ਤਾਂ ਬਹੁਤ ਮਿਲ ਜਾਂਦੇ ਹੈ ਜੀ। ਸੋ ਆਈ ਵਾਜ਼ ਲੱਕੀ ਫੋਰ ਦੈਟ। ਉਹ ਇਹ ਮੇਰੀਆਂ 2 ਪੁਸਤਕਾਂ ਸੀ। ਬਾਕੀ ਕੈਲੰਡਰ ਦੀਆਂ ਸਟੋਰੀਆਂ ਤੁਸੀਂ ਸਾਰੀਆਂ ਅਖਬਾਰਾਂ 'ਚ ਪੜ੍ਹੀਆਂ, ਉਹਨਾਂ ਨੂੰ ਮੈਂ ਰਿਪੀਟ ਨਹੀਂ ਕਰਨਾ। ਗੁਰੂ ਦੀ ਮਿਹਰ ਹੋਈ ਆ ਕਿ ਮੇਰੇ ਵਿੱਚ ਇਹ ਸਲਾਹੀਤਾਂ ਸੀ, ਮੈਥਮੈਟਿਕਸ ਸੀ, ਗੁਰਬਾਣੀ ਦਾ ਅਧਿਐਨ ਬਹੁਤ ਸੀ ਗੁਰੂ ਦੀ ਕਿਰਪਾ ਨਾਲ, ਅਤੇ ਹਿਸਟਰੀ ਦਾ ਮਸ ਸੀ, ਅਤੇ ਇਸ ਵਾਸਤੇ ਉਹ ਪੁਸਤਕਾਂ ਜਿਹੜੀਆਂ ਇਹ ਤਿਆਰ ਹੋਈਆਂ। ਅਤੇ ਇੱਕ ਮੈਂ ਹੁਣ ਕਲੈਰੀਫਾਈ ਕਰਨ ਆਇਆ, ਮੇਰੇ ਬਾਰੇ ਜਿਹੜੀ ਇੱਥੇ ਗੱਲ ਕਹੀ ਆ ਸਾਰਿਆਂ ਨੂੰ, ਸਾਰਿਆਂ ਦੀ ਉਹ ਹੈ ਪੰਜਾਬੀ ਇੱਥੇ ਐਡਮਿੰਟਨ ਸ਼ਹਿਰ ਦੇ ਵਿੱਚ ਪੰਜਾਬੀ ਸਕੂਲਾਂ 'ਚ ਇੰਟਰੋਡਿਊਸ ਕਰਨ ਦੀ, ਅਤੇ ਉਸ ਦੇ ਵਿੱਚ ਬਹੁਤ ਪਲੇਅਰ ਆ, ਬਹੁਤ ਸੱਜਣਾ ਦਾ ਹੱਥ ਆ। ਆਈ ਵਾਜ਼ ਵਨ ਆਫ ਦਾ ਚੈੱਸ ਪੀਸਿਸ, ਮੈਂ ਉਹ ਸਾਰੇ ਸ਼ਤਰੰਜ ਦੀ ਗੇਮ ਵਿੱਚ ਇੱਕ ਪੀਸ ਸੀ, ਉਹਦੇ ਵਿੱਚ ਕਿਹੜਾ ਕਿਹੜਾ ਦਾ ਹੱਥ ਆ ਉਹ ਸਾਰਿਆਂ ਨਾਲ ਮੈਂ ਸ਼ੇਅਰ ਕਰਨ ਆਇਆ। ਉਸ ਦੇ ਵਿੱਚ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਦਾ ਬੜਾ ਸਹਿਯੋਗ ਆ, ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਬਹੁਤ ਸਹਿਯੋਗ ਆ, ਸਾਰੇ ਗੁਰੂ ਘਰਾਂ ਦਾ ਬਹੁਤ ਸਹਿਯੋਗ ਆ, ਜਿਹਨਾਂ ਵੱਲੋਂ ਮੈਂ ਰੈਪ੍ਰਜੈਂਟ ਕਰਦਾ ਰਿਹਾ ਇਸ ਨੂੰ, ਔਰ ਇੱਕ ਤਾਂ ਗੁਰੂ ਘਰਾਂ ਵੱਲੋਂ, ਅਤੇ ਇੱਥੇ ਸਰਦਾਰ ਕੁਲਮੀਤ ਸਿੰਘ ਹੋਣੀ ਇਹਨਾਂ ਨੇ ਪੰਜਾਬ ਜਿਸ ਵੇਲੇ ਯੂਨੀਵਰਸਿਟੀ ਵਿੱਚ ਪੰਜਾਬੀ ਲਾਗੂ ਕਰਨੀ ਸੀ, ਪਹਿਲਾ ਪ੍ਰੋਗਰਾਮ ਫੰਡ ਰੇਜ਼ਿੰਗ ਦਾ ਕੀਤਾ ਅਤੇ ਘੰਟੇ ਦੇ ਵਿੱਚ $80,000 ਇਕੱਠਾ ਕੀਤਾ। ਕਮਿਊਨਿਟੀ ਦਾ ਇੰਨਾ ਸਹਿਯੋਗ ਸੀ। ਇਸ ਦੇ ਵਿੱਚ ਬੰਗਾ ਸਾਹਿਬ ਦਾ ਸਹਿਯੋਗ ਆ, ਇਸ ਦੇ ਵਿੱਚ ਸਰਦਾਰ ਜਸਵੀਰ ਸਿੰਘ ਹੋਣਾ ਦਾ ਸਹਿਯੋਗ ਹੈ, ਅਤੇ ਹੋਰ ਬਾਕੀ ਮੈਂ ਹੁਣ ਨਾਂ ਨਹੀਂ ਸਾਰੇ ਲੈ ਸਕਦਾ, ਪਰ ਮੈਂ ਇਹ ਸਮਝਦਾ ਵੀ ਆਈ ਵਾਜ਼ ਵਨ ਆਫ ਦਾ ਪੀਸਿਸ ਔਨ ਦਾ ਇਸ ਸਟਰਗਲ ਦੇ ਵਿੱਚ ਮੈਂ ਇੱਕ ਸੀ ਜ਼ਰੂਰ। ਅਤੇ ਅਸੀਂ ਮੀਟਿੰਗਾਂ ਦੇ ਵਿੱਚ ਮਿਨਿਸਟਰਸ ਨੂੰ ਜੇ ਲੋੜ ਪਈ, ਮੇਅਰ ਨੂੰ ਜੇ ਲੋੜ ਪਈ, ਅਤੇ ਉੱਥੇ
ਅਸੀਂ ਜਾਂਦੇ ਰਹੇ ਹਾਂ, ਹੋਰ ਐਸੋਸੀਏਸ਼ਨਾਂ ਵੀ ਜਾਂਦੇ ਰਹੀਆਂ। ਮੇਅਰ ਬਿਲ ਸਮਿਥ ਤੋਂ ਪਹਿਲੀ ਵਾਰੀ ਉਹਨਾਂ ਨੇ ਇੱਥੇ ਐਡਮਿੰਟਨ ਸ਼ਹਿਰ ਦੇ ਵਿੱਚ 14 ਅਪ੍ਰੈਲ ਨੂੰ ਖਾਲਸਾ ਡੇ ਅਨਾਊਂਸ ਕੀਤਾ ਸੀਗਾ, ਉਹ ਵੀ ਸਾਰਿਆਂ ਦਾ ਸਾਂਝਾ ਯਤਨ ਸੀਗਾ। ਬਟ ਆਈ ਵਾਜ ਇਨਵੋਲਵ, ਮੈਂ ਇਨਵੋਲਵ ਲਿਆ ਜਦੋਂ ਦਾ ਮੈਂ ਕੈਨੇਡਾ 'ਚ ਇੱਥੇ ਆਇਆ ਕਮਿਊਨਿਟੀ ਦੇ ਵਰਕ ਦੇ ਵਿੱਚ, ਅਤੇ ਮੈਨੂੰ ਸਨਮਾਨਿਤ ਕੀਤਾ ਗਿਆ ਕੁਈਨਸ ਜੁਬਲੀ ਗੋਲਡਨ ਜੁਬਲੀ ਮੈਡਲ ਨਾਲ, ਅਲਬਰਟਾ ਗੌਰਮੈਂਟ ਵੱਲੋਂ, ਅਤੇ ਅਲਬਰਟਾ ਸੈਂਟੈਨੀਅਲ ਮੈਡਲ ਦੇ ਨਾਲ। ਇਹ ਮੈਂ ਸਮਝਦਾ ਹਾਂ ਵੀ ਇਸ ਜਿਹੜੇ ਮੈਡਲ ਆ ਮੇਰੀ ਪ੍ਰਾਪਤੀ ਨਹੀਂ ਬਲਕਿ ਸਾਰੀ ਕਮਿਊਨਿਟੀ ਦੀ ਪ੍ਰਾਪਤੀ ਆ, ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਦਿੱਤਾ, ਇੰਨਾ ਪਿਆਰ ਦਿੱਤਾ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਦਾ ਕਰਦਾ ਹਾਂ। ਆਈ ਹੈਵ ਇੰਜੋਇਡ ਦਿਸ ਮੀਟਿੰਗ, ਆਈ ਫੀਲ ਦੈਟ ਦਿਸ ਆਨਰ ਆਈ ਵਿਲ ਰਿਮੈਂਬਰ ਡਿਊਰਿੰਗ ਮਾਈ ਫਿਊ ਰਿਮੇਨਿੰਗ ਡੇਜ਼। ਹੁਣ ਜਿਹੜੀ ਹੈ ਹੁਣ ਥੋੜ੍ਹਾ ਹੀ ਮੰਜ਼ਿਲ ਜਿਹੜੀ ਹੈ ਨੇੜੇ ਹੈ, ਤਕਰੀਬਨ ਆਈ ਹੈ, ਅਤੇ ਮੈਂ ਸਮਝਦਾ ਸੀ ਵੀ ਮੇਰੇ ਤੋਂ ਕੁਛ ਬੋਲ ਵੀ ਹੋ ਜੂਗਾ ਸੁਸਾਇਟੀ ਦੇ ਵਿੱਚ ਕਿਵੇਂ, ਪਰ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨਾਲ ਸੰਬੋਧਨ ਕਰ ਸਕਿਆ, ਅਤੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਮੈਂ ਜ਼ਰੂਰ ਉਸਦਾ ਜਵਾਬ ਦੇ ਸਕਦਾ। ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਆਪਣੇ ਸਾਰੇ ਜਿਹੜੀ ਐਸੋਸੀਏਸ਼ਨ ਆ ਉਸਦੇ ਪ੍ਰਬੰਧਕਾਂ ਦਾ, ਸਰਦਾਰ ਸੁਖਦੇਵ ਸਿੰਘ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਟਸ ਵੰਡਰਫੁਲ ਕਿ ਮੈਨੂੰ ਟੀਚਰਸ ਵੱਲੋਂ ਸਨਮਾਨ ਮਿਲਿਆ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਹੁਣ ਇਹਨਾਂ ਦੀ ਜਵਾਨੀ ਸਭ ਕੁਛ ਸੁਣ ਲਿਆ ਕਿ ਕਿੰਨੀ ਇਹਨੀ ਮਿਸ਼ਨਰੀ ਭਾਵਨਾ ਨਾਲ ਅਤੇ ਡੈਡੀਕੇਸ਼ਨ ਭਾਵਨਾ ਦੇ ਨਾਲ ਆਪਣਾ ਕੰਮ ਜਿਹੜਾ ਆ ਸਿਰੇ ਚਾੜਿਆ ਆ। ਇਹਨਾਂ ਦਾ ਸਾਡੀ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ। ਮੈਨੂੰ ਇੱਕ ਗੱਲ ਯਾਦ ਆ ਗਈ ਕਿ ਜਿਸ ਵੇਲੇ ਸਿੰਘ ਸਭਾ 1995 ਵਿੱਚ ਪੁਰਾਣੀ ਬਿਲਡਿੰਗ ਤੋਂ ਇਸ ਬਿਲਡਿੰਗ ਦੇ ਵਿੱਚ ਮਹਾਰਾਜ ਦੇ ਸਰੂਪ ਲਿਆਉਣੇ ਸੀ ਤਾਂ ਸਾਡੀ ਇਹਨਾਂ ਦੇ ਘਰ ਸਰਦਾਰ ਬਲਦੇਵ ਸਿੰਘ ਪਰਮਾਰ ਜੀ ਨੂੰ ਪਿਛਲੇ ਸਾਲ ਸਨਮਾਨਿਤ ਕੀਤਾ, ਇਹ ਵੀ ਸਨ ਅਤੇ ਹੋਰ ਵੀ, ਅਤੇ ਮੀਟਿੰਗ ਕੀਤੀ ਪਈ ਕਿਸ ਤਰ੍ਹਾਂ ਇਹ ਪ੍ਰਬੰਧ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ, ਅਤੇ ਉਹ ਯਾਦਾਂ ਮੈਨੂੰ ਅੱਜ ਵੀ ਚੇਤੇ ਆ 1995 ਦੀਆਂ। ਅਤੇ ਮੈਂ ਸਾਰੇ ਅਧਿਆਪਕ ਸਾਹਿਬਾਨਾਂ ਦਾ, ਜਿਨ੍ਹਾਂ ਨੇ ਮੀਡੀਆ ਕਰਮਚਾਰੀਆਂ ਦਾ, ਜਿਨ੍ਹਾਂ ਨੇ ਇੱਥੇ ਮੈਨੂੰ ਪਤਾ ਦੂਸਰੇ ਪਾਸੇ ਜਾਣਾ, ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਮੈਂ ਖਿਮਾ ਦਾ ਜਾਚਕਾਂ। ਅਖੀਰ 'ਤੇ ਮੈਂ ਸਾਡੀ ਅਲਵਰ ਜਿਹੜੀ ਓਵਰਸੀ ਟੀਚੇ ਐਸੋਸੀਏਸ਼ਨ ਅਲਬਰਟਾ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗਿੱਲ, ਜਿਹਨਾਂ 'ਤੇ ਸਾਨੂੰ ਬੜਾ ਫਖਰ ਆ ਕਿ ਇਹ ਵੀ ਸੋਹਣ ਸਿੰਘ ਭਗਤਾਂ ਦੇ ਪਿੰਡ ਉੱਥੇ ਟੀਚ ਕਰਿਆ ਆ, ਇੱਥੇ ਵੀ ਟੀਚ ਕਰਦੇ ਰਹੇ ਆ ਜਗਵਿੰਦਰ ਸਿੰਘ ਦੇ ਸਕੂਲੇ, ਅਤੇ ਹੁਣ ਆਪਣੇ ਚਲੋ ਬਿਜ਼ਨਸ ਸਟਾਰਟ ਕੀਤਾ ਆ, ਨਾਲ ਨਾਲ ਇੱਥੋਂ ਆਪਣਾ ਟਾਈਮ ਕੱਢ ਕੇ ਇੱਧਰ ਸਾਡੇ ਨਾਲ ਵੀ ਕੋਪਰੇਟ ਕਰ ਰਹੇ ਆ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਣ ਕੇ ਆਪਣੀ ਕੰਕਲੀਡਿੰਗ ਸਪੀਚ ਜਿਹੜੀ ਆ ਉਹ ਦੇਣ। ਮੈਂ ਮਾਫੀ ਚਾਹੁੰਦਾ ਹਾਂ ਸਾਰਿਆਂ ਤੋਂ, ਮੇਰੇ ਤੋਂ ਮੈਂ ਇੱਕ ਗੱਲਾਂ ਜਿਹੜੀਆਂ ਮਿਸ ਹੋ ਗਈਆਂ ਉਹ ਇਹ ਹੈ ਕਿ ਸਾਰਾ ਮੀਡੀਆ ਜਿਹੜੇ ਸਾਡੇ ਸਾਰੇ ਪ੍ਰੋਗਰਾਮ ਸੀ ਉਹਦੇ ਨਾਲ ਸਾਰੇ ਮੀਡੀਆ ਦੀ ਬਹੁਤ ਸਾਨੂੰ ਸਹਿਯੋਗ ਮਿਲਿਆ। ਆਪਣੇ ਬਸੋਤਾ ਸਾਹਿਬ ਦੇ ਰੇਡੀਓ ਸਟੇਸ਼ਨਾਂ ਤੋਂ ਵੀ ਅਸੀਂ ਪੰਜਾਬੀ ਪ੍ਰੋਗਰਾਮ ਲਈ ਲੋਕਾਂ ਅਪੀਲ ਕਰਦੇ ਰਹੇ, ਅਤੇ ਇਹਨਾਂ ਦਾ ਬਹੁਤ ਸਹਿਯੋਗ ਮਿਲਿਆ ਬੜੇ ਫੰਡ ਇਕੱਠੇ ਕਰਨ ਵਾਸਤੇ। ਇੱਦਾਂ ਹੀ ਵੋਟਰ ਹੋਣੀ ਵੀ ਅਤੇ ਉਹਨਾਂ ਸਾਰਿਆਂ ਦਾ ਸਹਿਯੋਗ ਸੀ, ਅਤੇ ਮੇਰੇ ਤੋਂ ਮਿਸ ਹੋ ਗਿਆ ਸੀ, ਆਈ ਐਮ ਸੋਰੀ ਫੋਰ ਦੈਟ। ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਓਵਰਸੀਜ ਟੀਚਰ ਐਸੋਸੀਏਸ਼ਨ ਬੜਾ ਮਾਣ ਮਹਿਸੂਸ ਕਰ ਰਹੀ ਹੈ ਕਿ ਅਸੀਂ ਕੌਮ ਦੇ ਹੀਰੇ ਜਿਨ੍ਹਾਂ ਇੱਕ ਹਿਸਟਰੀ ਬਣਾਈ ਆ, ਸਰਦਾਰ ਪਾਲ ਸਿੰਘ ਪੁਰੇਵਾਲ ਹੋਣੀ ਉਹਨਾਂ ਨੂੰ ਸਨਮਾਨਿਤ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਐਜ਼ ਆ ਆਰਕੀਟੈਕਟ ਆਫ ਨਾਨਕ ਸ਼ਾਹੀ ਕੈਲੰਡਰ 'ਤੇ ਜਾਣਦੇ ਨੇ, ਪਰ ਸ਼ਾਇਦ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਜਾਣਦੇ ਸੀ ਕਿ ਉਹ ਇੱਕ ਟੀਚਰ ਵੀ ਨੇ। ਅਸੀਂ ਉਹਨਾਂ ਦੀ ਜਿਹੜੀ ਸਰਵਿਸਿਜ਼ ਆ ਸਮਾਜ ਨੂੰ, ਸਿੱਖ ਸਮਾਜ ਨੂੰ, ਅਸੀਂ
ओवरसीज टीचर एसोसीएशन ऑफ अल्बर्टा सल्यूट कर दिया और बहुत बहुत धन्यवाद कि तुसी साडा सद्दा प्रवान किया और इस इंटरनेशनल डे ते आज तुसी इत्थे आए। मैं माफी चाहना है कि असी कोई चाह पानी का अज नहीं इंतजाम किया, कारण सी कोविड ते इस करके अभी चाहते हैं कि इनफेक्शन ना हो, ना कुछ इस तरीके की गलबात ना हो जाए, इस करके सिर्फ पानी दी ही बोतल लिया। मैं मीडिया का बहुत बहुत धन्यवाद करता हाँ कि जिस तरीके नाल सारे हुम हुम आके आए ने, बसोता साहब, मनजीत सिंह, कुलमीत संघा जी और साडे बॉबी खेरा जी, पिछली बार भी इन्हें साडा बहुत सहयोग दिता सी, मीडिया दे विच सारा इन्हें कवरेज की सी। मनजीत सिंह हुण साडे मैंबर भी हैगे ने टीचर एसोसीएशन दे, ये भी बतौर टीचर एसएस मास्टर अमृतसर विच पढ़ाउंदे रहे ने। बसोता साहब भी साडे मैंबर ने क्योंकि ये भी उत्थे लैक्चरर मैथ चंडीगढ़ दे विच पढ़ाउंदे रहे ने। मैं एक सिफारिश करना है पाल सिंह पुरेवाल होना नूं, बेनती करना है कि तुसी साडी अल्बर्टा एसोसीएशन जिहड़ी सी बनाई है ओवरसीज उहदे ऑनरेरी मैंबर बनो। थैंक यू जी, उन्हां प्रवान कीता। असी हर महीने पहले शनिवार 3 या 4 बजे दे वेर तकरीबन इन्ने क वेले असी गुरुद्वारा सिंह सभा विखे हर साल हर महीने मीटिंग करते हैं, पर कोविड करके असी गुरुद्वारे हुण नहीं जांदे, असी रैक सेंटर की खुली ग्राउंडा दे विच अपना जिहड़ी है मीटिंग करते हैं। और बड़ी खुशी की गल है कि पिछली बार जो असी सरदार बलदेव सिंह होरां नूं सन्मानित करना है सारे ही सहमत होए, और इस बार जो पाल सिंह पुरेवाल होना का नाम आया सारे ने सरबसंमति नाल इन्हां नूं जिहड़ा आ सन्मान करन वास्ते चुनिया गया, और ये बड़ी वधिया गल है। असीं होर भी कई छोटे मोटे काम करते हैं पर मैनूं लगदा कि इंटरनेशनल डे जिहड़ा असीं मनाउने आ टीचर्स दा उह इक वक्खरी चीज है, क्योंकि मैनूं नहीं लगदा कि एडमिंटन दे विच अपनी सोसाइटी दे विच कोई इस तरह का काम कर रहा। सो अगेन मैं सारे लोगों का जिहड़े भी आए ने उन्हां दा धन्नवाद करदा हां, खास करके पाल सिंह पुरेवाल ते गुरजीत कौर पुरेवाल जी दा, जो आए समा कढ़िया और इह कोविड दे हालातां दे विच आउणा थोड़ा औखा जिहा लगदा है, वह आए साडा नाम सदा प्रवान किया। मैं अपने सारे ही टीचर एसोसीएशन के जिहड़े मैंबर आ मैं उन्हां दा धन्नवाद करदा हां कि इन्हां दे हालातां दे विच वह आके अपने सारा प्रोग्राम जिहड़ा आ वह कामयाब किया, और बड़ियां वधिया गल्लां अज कई पंगा साहब ने शेयर कीतियां, जिवें पुरेवाल जी ने शेयर कीतियां, बड़ा मजा आया सुन के। सो मैं बहुता टाइम नहीं लेना, मैं सारिआं दा धन्नवाद, खास करके जसवीर दिओल होणी ते मोहन दरभंगा जी, वह भी क्योंकि अज एक होर भी रैली है इन्हां उत्थे भी जाना पर फिर भी समा कढ के उत्थे आए, सारिआं दा बहुत बहुत धन्नवाद। थैंक यू। हांजी, तकरीबन इन्होंने समाप्ति कर दिती है ते मैं चाहना तुसी सारे घरां नूं हसदे हसदे जाओ, इस वास्ते तुहानूं हासे दी इक गल जरूर सुणाउणी है, ओह वी टीचिंग दी है। साडे वास साहब ने सानू कहा भी मुंडे जिहड़े आ रिपोर्ट आ घर जा के महीने तो मगरों जिहड़ियां आउंदियां अपने मापिआं नूं दिंदे नहीं दिंदे, ते तुसी टीचर ही जा के पिंडां दे विच सारिआं दे घरां दे विच रिपोर्ट जा के दिओ ते नाले उहनां नूं दसो भई की प्रोग्रेस तुहाडे बच्चे कर रहे आ। ਉਹਨਾਂ ਨੇ ਦੋ ਤਿੰਨਾਂ ਟੀਚਰਾਂ ਦੀ ਬਣਾ ਤੀ ਟੀਮ ਤੇ ਅਸੀਂ ਇੱਕ ਪਿੰਡ ਗਏ ਟਾਹਲੀ, ਉੱਥੇ ਇੱਕ ਮੁੰਡੇ ਦੇ ਬਾਪ ਨੂੰ ਮਿਲਣਾ ਸੀ ਤੇ ਉਹ ਕਮਜ਼ੋਰ ਸੀ ਤੇ ਮੈਥਮੈਟਿਕਸ ਉਹਦਾ 0 ਨੰਬਰ ਸੀ। ਅਸੀਂ ਉੱਥੇ ਗਰਮੀਆਂ ਦੇ ਦਿਨ ਸੀ, ਉੱਥੇ ਤਮਾਹੀ ਉਮਤਿਆਂ ਤੋਂ ਬਾਅਦ ਉੱਥੇ ਉਹਨਾਂ ਦੇ ਪਿਤਾ ਜੀ ਬੱਚੇ ਦੇ ਹਾਰਟ ਤੇ ਬੈਠੇ ਖੂਹ ਚਲਾ ਚੱਲ ਰਹੇ ਸੀ, ਹਾਂਜੀ, ਤੇ ਉਹਨਾਂ ਨੇ ਮਿੰਟ ਵਾਸਤੇ ਖੜਾ ਕੀਤਾ, ਹਾਂਜੀ, ਵਾਲਦਾ ਨੂੰ ਤੇ ਕਹਿੰਦੇ ਦੱਸੋ ਮਾਸਟਰ ਜੀ ਤੁਸੀਂ ਕਿਵੇਂ ਆਏ ਆ। ਅਸੀਂ ਉਹਨਾਂ ਨੂੰ ਕਿਹਾ ਦੇਖੋ ਜੀ ਤੁਹਾਡਾ ਬੱਚਾ ਜਿਹੜਾ ਆ ਉਹ ਬਹੁਤ ਕਮਜ਼ੋਰ ਆ ਤੇ ਇਸ ਇਮਤਿਹਾਨ ਦੇ ਵਿੱਚ ਉਹਦਾ 0 ਨੰਬਰ ਆਇਆ। ਉਹ ਮਿੰਟ ਸੋਚਿਆ ਤੇ ਸੋਚ ਕੇ ਸਾਨੂੰ ਕਹਿੰਦਾ
ਇਹਨਾਂ ਮਾਸਟਰ ਜੀ ਜੇ ਇਹਨੂੰ ਮੁੰਡੇ ਨੂੰ ਸਕੂਲੇ ਨਾ ਭੇਜਦੇ ਫਿਰ ਵੀ ਉਹਦਾ ਸਿਫਰ ਆ ਜਾਣਾ ਸੀ ਤੁਸੀਂ ਕੀ ਕਰਾਇਆ ਅਖੀਰ ਦੇ ਸਮੂਹ ਅੱਜ ਇਹਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਜਿਹੜੀ ਮੀਟਿੰਗ ਦੀ ਇਹ ਜਿਹੜੀ ਆ ਕਾਰਵਾਈ ਦੀ ਸਮਾਪਤੀ ਆ ਤੇ ਅਗਾਂਹ ਜਿਹੜੀ ਮੀਟਿੰਗ ਆ ਨਵੰਬਰ ਦੇ ਵਿੱਚ ਪਹਿਲੇ ਸੱਜੜੇ ਤੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਹੀ ਨਹੀਂ ਸਕੀ ਜਿਹੜਾ ਉਹਨੇ ਜੀ ਮੈਂਬਰ ਬਣਦਾ ਆ ਸੱਦਾ ਪ੍ਰਵਾਨ ਕੀਤਾ ਧੰਨਵਾਦ।